ਸਾਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਹ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਵੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਸੁਖਵਿੰਦਰ ਜੀ ਧੰਨਵਾਦ ਪ੍ਰੋਫੈਸਰ ਵੱਡੀ ਗੱਲ ਇਹ ਆ ਕਿ ਜਲੰਧਰ ਅਲੀ ਉਪਚੋਣ ਚਰਚਾ ਇਸ ਲਈ ਕਿ 10 ਮਈ ਨੂੰ ਚੋਣਾ ਹੋਣੀ ਹੈ ਸਰਕਾਰ ਦੀ ਪੂਰੀ ਵਾਹ ਲੱਗੀ ਹੋਈ ਹੈ ਕਿ ਕਰਨਾ ਕੀ ਹੈ ਫੈਸਲੇ ਤੇ ਫੈਸਲੇ ਭ੍ਰਿਸ਼ਟਾਚਾਰ ਤੇ ਨੱਥ ਕਿੱਦਾਂ ਪਾਉਣੀ ਹੈ ਵੱਡੇ ਲੈਵਲ ਦੇ ਉੱਤੇ ਮੀਟਿੰਗਾਂ ਹੋ ਰਹੀਆਂ ਹਨ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਹੈ ਜਿਹੜੇ ਸਵਾਲ ਚੁੱਕਦੇ ਸੀ ਕਿ ਕਾਂਗਰਸ ਦੇ ਮਗਰ ਪਏ ਨੇ ਤੇ ਜਿਹੜੇ ਭਾਜਪਾ ਦੇ ਵਿੱਚ ਚਲੇ ਗਏ ਉਹਨਾਂ ਨੂੰ ਕਿਉਂ ਨਹੀਂ ਫੜਦੇ ਤੇ ਉਧਰਲੇ ਪਾਸੇ ਨੂੰ ਵੀ ਜਿਹੜੇ ਹੁਣ ਵਾਰੰਟ ਜਾਰੀ ਹੋਣੇ ਜਾਂ ਉਹਨਾਂ ਨੂੰ ਤਲਬ ਕਰਨਾ ਉਹ ਵੀ ਸ਼ੁਰੂ ਹੋ ਚੁੱਕਿਆ ਸਾਰਿਆਂ ਦੀ ਜਿਹੜੀ ਪੁੱਛਪੜਤਾਲ ਹੋ ਰਹੀ ਹੈ ਰਾਜੀਤ ਸਿੰਘ ਦੇ ਮਾਮਲੇ 'ਚ ਉਹਨਾਂ ਵੱਲੋਂ ਕਾਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਨਸ਼ਿਆਂ ਦੇ ਮਾਮਲੇ 'ਚ ਜਿਹੜੇ ਪੁਲਿਸ ਅਧਿਕਾਰੀ ਨੂੰ ਬਰਖਾਸਤ ਕੀਤਾ ਗਿਆ ਇਹ ਸਾਰਾ ਕੁਝ ਨਾਲੋ ਨਾਲ ਚੱਲ ਰਿਹਾ ਹੈ ਪਰ ਜਿੱਥੇ ਸਰਕਾਰ ਬੈਕਪੱਟ ਤੇ ਹੋ ਜਾਂਦੀ ਹੈ ਉਹ ਮਾਮਲੇ ਇਹ ਕਿ ਉਹਨਾਂ ਦੇ ਵਿੱਚ ਲੋਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਜਨਮੋਲ ਬਿਸ਼ਨੋਈ ਉਹ ਇੱਕ ਯੂਐਸਏ ਦੇ ਵਿੱਚ ਦੇਖਿਆ ਗਿਆ ਇੱਕ ਪ੍ਰੋਗਰਾਮ ਦੇ ਵਿੱਚ ਕਰਨ ਓਜਲਾ ਤੇ ਸ਼ੈਰੀਮਾਨ ਹੋ ਰਹੀ ਉਹਨੂੰ ਉਸ ਪ੍ਰੋਗਰਾਮ ਚ ਆਪਣੀ ਗੀਤਕਾਰੀ ਪੇਸ਼ ਕਰ ਰਹੇ ਨੇ ਉਹਨੂੰ ਲੈ ਕੇ ਬੜੇ ਵੱਡੇ ਸਵਾਲ ਕਿ ਏਜੰਸੀਆਂ ਜਾਂ ਸਰਕਾਰਾਂ ਕੀ ਕਹਿੰਦੀਆਂ ਨੇ ਮੂਸੀਆਲੇ ਦਾ ਪਰਿਵਾਰ ਤੇ ਅੱਗੇ ਕਹਿ ਬੈਠਾ ਆ ਕਿ ਅਸੀਂ ਇੰਨਾ ਚੋਣਾ ਦੇ ਵਿੱਚ ਸਰਕਾਰ ਦਾ ਵਿਰੋਧ ਕਰਾਂਗੇ ਪਰ ਜਦੋਂ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਤਾਂ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਸਰਕਾਰ ਕੀ ਕਰ ਰਹੀ ਹੈ ਤੇ ਵਿਰੋਧੀ ਧਿਰ ਕੀ ਕਰ ਰਹੀ ਹੈ ਉਹਦੇ ਉੱਤੇ ਗੱਲਬਾਤ ਜੇ ਆਪਾਂ ਅੱਗੇ ਵਧਾਈਏ ਤਾਂ ਉਹਦੇ ਵਿੱਚ ਚਰਨਜੀਤ ਸਿੰਘ ਅਟਵਾਲ ਜਿਹੜੇ ਸਾਬਕਾ ਸਪੀਕਰ ਰਹੇ ਚੁੱਕੇ ਨੇ ਅਕਾਲੀ ਦਲ ਦੇ ਸ਼ਰਮੌਰ ਆਗੂ ਸੀਗੇ ਤੇ ਉਹ ਛੱਡ ਕੇ ਤੇ ਘਰ ਬੈ ਗਏ ਨੇ ਇਦਾਂ ਕਹਿ ਲਓ ਕਿ ਉਹ ਕਹਿੰਦੇ ਕਿ ਮੈਂ ਹੁਣ ਮੇਰੇ ਬੱਚਿਆਂ ਨੂੰ ਜਿਹੜਾ ਭਾਜਪਾ ਚ ਕਾਫੀ ਮਾਨ ਸਨਮਾਨ ਮਿਲਦਾ ਇਸ ਕਰਕੇ ਮੈਂ ਅਕਾਲੀ ਦਲ ਨੂੰ ਛੱਡ ਦਿੱਤਾ ਹੈ ਮੈਂ ਚਰਨਜੀਤ ਸਿੰਘ ਤੋਂ ਹੀ ਬਜ਼ੁਰਗ ਆਦਮੀ ਆ ਐਨਾ ਉਹਨਾਂ ਨੂੰ ਰਤਬਾ ਮਿਲਿਆ ਅਕਾਲੀ ਦਲ ਦੇ ਬੰਦੇ ਵੀਰੇ ਦੇਖੋ ਇੱਕ ਸਪੀਕਰ ਹੈ ਔਰ ਡਿਪਟੀ ਸਪੀਕਰ ਹੈ ਉਹ ਤੇ ਸੈਂਟਰ ਦੇ ਵਿੱਚ ਵੀ ਤੇ ਜੇ ਇੱਕ ਐਡਾ ਸੀਨੀਅਰ ਬੰਦਾ ਪੜਿਆ ਲਿਖਿਆ ਬੰਦਾ ਸਾਰਾ ਰੁਤਬੇ ਮਾਣ ਕੇ ਬਿਨਾ ਕੋਈ ਕਿਸੇ ਗੱਲ ਦੇ ਦੋਸ਼ ਲਾਇਆ ਕਿ ਮੈਨੂੰ ਆਹ ਤਕਲੀਫ ਸੀ ਅਕਾਲੀ ਦਲ ਕੋਈ ਵੀ ਪਾਰਟੀ ਹੋਵੇ ਭਾਵੇਂ ਭਾਜੀਪੀ ਹੋਵੇ ਕਾਂਗਰਸ ਹੋਵੇ ਤੇ ਮੈਨੂੰ ਇਸ ਪਾਰਟੀ ਚ ਆਹ ਕੁਝ ਨਹੀਂ ਮਿਲਿਆ ਜਾਂ ਨਾ ਮਿਲਿਆ ਤੇ ਛੋਧਾਪਨ ਹੋਊਗਾ ਇਹ ਕਹਿਣ ਕਿ ਮੈਂ ਐਸ ਗੱਲਾਂ ਬੜਾ ਘੁੱਟਣ ਮਹਿਸੂਸ ਕਰ ਰਿਹਾ ਹਾਂ ਤੁਸੀਂ ਘੱਟੋ ਘੱਟ ਸਟੇਟਮੈਂਟਾਂ ਤੇ ਠੀਕ ਠਾਕ ਕਰ ਲੋ ਕਹਿ ਦੋਗੇ ਦੇਖੋ ਜੀ ਅਕਾਲੀ ਦਲ ਪਰਿਵਾਰਵਾਦ ਨੂੰ ਚਲਾ ਗਿਆ ਅਕਾਲੀ ਦਲ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਕੋਚ ਤੇ ਚੱਜਦੀ ਕੋਈ ਆਪਣੀ ਸਟੇਟਮੈਂਟ ਤੇ ਚੱਜਦੀ ਕਰ ਲਓ ਨਾ ਤੁਸੀਂ ਇੱਕ ਲੇਮ ਜਾਂ ਐਕਸਕਿਊਜ਼ ਜਿਹਦਾ ਸਾਰਿਆਂ ਨੂੰ ਇੱਕ ਬੱਚਾ ਵੀ ਸਮਝਦਾ ਕਿ ਇਹ ਐਵੇਂ ਇਹ ਲਿਪਾ ਪੋਤੇ ਕੀਤੀ ਜਾ ਰਹੀ ਹੈ ਬਿਆਨ ਇਹ ਆ ਕਿ ਦੇਖੋ ਜੀ ਮੇਰੇ ਪਤੀਜਿਆਂ ਨੂੰ ਮੇਰੇ ਪੁੱਤਾਂ ਨੂੰ ਭਾਜਪੀ ਨੇ ਇੰਜ ਹਰੇ ਬਾਗਾਂ ਦੇ ਮਾਲੀ ਬਣਾ ਦਿੱਤਾ ਆ ਉਹ ਤੇ ਹੁਣ ਬਿਲਕੁਲ ਨਿਹਾਲ ਹੋ ਗਏ ਆ ਤੇ ਮੈਨੂੰ ਐਂ ਲੱਗਦਾ ਸੀਗਾ ਕਿ ਮੈਂ ਪਿੱਛੇ ਖੰਨੂ ਰਹਿਣਾ ਮੈਂ ਵਿਚਾਰ ਆਂਬ ਚੁੱਪ ਲਵਾ ਇਸ ਕਿਸਮ ਦਾ ਆਰਗੂਮੈਂਟ ਇਹ ਭੜਾ ਢਿੱਲਾਟਾ ਲਾ ਦੇ ਇੱਕ ਸਿਆਣੇ ਬਿਆਨੇ ਬੰਦੇ ਤੋਂ ਜਿਨ ਨੇ ਕਿਸੇ ਪਾਰਟੀ ਦੀਆਂ ਟਿਕਟਾਂ ਤੇ ਇੰਨਾ ਮਾਨ ਹਾਸਲ ਕੀਤਾ ਹੋਵੇ ਇਸ ਤਰੀਕੇ ਨਾਲ ਜਾਣਾ ਇਸ ਤਰ੍ਹਾਂ ਮੈਨੂੰ ਢਿੰਡਸਿਆਂ ਬਾਰੇ ਵੀ ਸੀ ਕੋਈ ਉਹਨਾਂ ਕੋਈ ਜ਼ਬਰਦਸਤ ਤਰੀਕਾ ਨਹੀਂ ਸੀਗਾ ਅਕਾਲੀ ਦਲ ਬਾਰੇ ਮੈਂ ਕੋਈ ਅਕਾਲੀ ਦਲ ਦਾ ਵਕੀਲ ਨਹੀਂ ਹੈ ਪਰ ਜੇ ਤੁਸੀਂ ਛੱਡਣਾ ਆ ਤੇ ਅਸਲੀ ਅਕਾਲੀ ਦਲ ਉਦੋਂ ਉਹ ਕਹਿੰਦੇ ਸੀ ਅਸੀਂ ਤੁਹਾਡਾ ਬੇਸ ਬੜਾ ਸੋਲਿਡ ਹੋਣਾ ਚਾਹੀਦਾ ਔਰ ਫਿਰ ਉਸ ਬੇਸ ਦੇ ਨਾਲ ਤੁਹਾਡੇ ਕੋਲ ਇੱਕ ਵੱਡਾ ਧੜਾ ਨਾਲ ਆਉਣਾ ਚਾਹੀਦਾ ਜਿਹੜਾ ਤੁਹਾਡੇ ਨਾਲ ਸਹਿਮਤ ਹੋਵੇ ਇਹੋ ਜਿਹਾ ਕਦੀ ਕੁਝ ਨਜ਼ਰ ਨਹੀਂ ਆਉਂਦਾ ਤੇ ਤੁਸੀਂ ਵੈਸੇ ਕਹਿ ਦਿਓ ਸਾਫ਼ ਕਹੋ ਨਾ ਵੈਸੇ ਤੇ ਚਰਨਜੀਤ ਉਹਨਾਂ ਨੇ ਸਾਥ ਹੀ ਕਹਿਤਾ ਪਰ ਬੜੀ ਅਫਸੋਸ ਵਾਲੀ ਗੱਲ ਹੈ ਅੱਜ ਕੱਲ ਪਰਚੇ ਦੇ ਬਿਆਨ ਸੀ ਕਿ ਮੈਂ ਨਹੀਂ ਮੈਂ ਨਹੀਂ ਉੱਧਰ ਜਾਣਾ ਇਹ ਬੱਚੇ ਜਾਂਦੇ ਆ ਤੇ ਜਾਣ ਮੈਨੂੰ ਬੜਾ ਪੁਰਾ ਲੱਗਾ ਜੇ ਮੇਰਾ ਬੱਚਾ ਉੱਧਰ ਗਿਆ ਅਜੇ ਅਜੇ 3 ਦਿਨ 4 ਦਿਨ ਪਹਿਲਾਂ ਦਾ ਬਿਆਨ ਇਹਨਾਂ ਦਾ ਔਟਵਾਲ ਹੋਣਾ ਦਾ ਤੇ ਹੁਣ ਜਾ ਕੇ ਆਪ ਉੱਧਰ ਤੇ ਨਹੀਂ ਗਏ ਅਕਾਲੀ ਦਲ ਤੋਂ ਆਪਣਾ ਛਟਕਾਰਾ ਪਾ ਲਿਆ ਚਲੇ ਵੀ ਜਾਣਗੇ ਉੱਧਰ ਵੀ ਜਾ ਫੜਨਗੇ ਮਤਲਬ ਜਿਹੜਾ ਕਮਲ ਕਿਸੇ ਵੇਲੇ ਵੀ ਗੱਲ ਚ ਪਾਇਆ ਹੀ ਲਾਓ ਇਹ 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 ਹਾਲਾਤ ਬਣੀ ਹੋਈ ਹੈ ਰਹੀ ਗੱਲ ਕਿ ਚੋਣਾ ਦੀ ਚੋਣਾ ਤਾਂ ਦੇਖੋ ਇਹ ਤੇ ਰੋਜ਼ ਦੇ ਕੋਈ ਨਾ ਕੋਈ ਬਿਆਨ ਆ ਜਿਹੜੀਆਂ ਸਰਕਾਰਾਂ ਆ ਭਗਵੰਤ ਮਾਨ ਦੀ ਸਰਕਾਰ ਆ ਕੁਦਰਤੀ ਆ ਉਹ ਆਪਣੇ ਬਿਜਲੀ ਦੀਆਂ ਗੱਲਾਂ ਹੋਰ ਨਾਲ ਦੀਆਂ ਗੱਲਾਂ ਸਾਰੀਆਂ ਕਰਖਰਾ ਕੇ ਮਹੱਲਾ ਕਲਿੰਕਾਂ ਦੀਆਂ ਗੱਲਾਂ ਕਰਨਗੇ ਬਹੁਤ ਕੁਝ ਕਰਨਗੇ ਉਹ ਸਾਰਾ ਆਪਣਾ ਜੋ ਵੀ ਅਚੀਵਮੈਂਟ ਇੱਕ ਸਾਲ ਦੀ ਹੈਗੀ ਆ ਖਾਸ ਕਰਕੇ ਐਂਟੀ ਕ腐ਸ਼ਨ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਤੇ ਭ੍ਰਿਸ਼ਟਾਚਾਰ ਨੂੰ ਜੜੋਂ ਕੱਢ ਦੇਣਾ ਰਤਨ ਉਹਨਾਂ ਨੂੰ ਜਿਹੜੇ ਇਹਨਾਂ ਦੇ ਐਮ.ਐਲ.ਏ ਬਠਿੰਡਾ ਤੋਂ ਉਹਨਾਂ ਦਾ ਚਲਾਨ ਪੇਸ਼ ਹੋ ਗਿਆ ਉਹ ਬੰਦਾ ਜਿਹੜਾ ਨਾਲ ਸੀ ਉਹਨਾਂ ਦਾ ਪਰਸਨਲ ਪੀ.ਏ ਵਗੈਰਾ ਉਹਦਾ ਵੀ ਨਾਲ ਹੀ ਕੰਮ ਕਰਤਾ ਉਧਰ ਨੂੰ ਤੇ ਚੱਲ ਪਏ ਆ ਦੂਜਾ ਬਲਬੀਰ ਸਿੱਧੂ ਦਾ ਤੁਸੀਂ ਬਿਲਕੁਲ ਠੀਕ ਹੈ ਜਿਹੜੇ ਪਹਿਲੇ ਹੈਲਥ ਸੇਤ ਮੰਤਰੀ ਰਹੇ ਆ ਔਰ ਉਹ ਜਿਹੜਾ ਉਹਨਾਂ ਦੇ ਭਰਾ ਜੀਤੂ ਕਹਿੰਦੇ ਆ ਜਿਹਨੂੰ ਜਿਹੜੇ ਬੇਰ ਰਹੇ ਮਹਾਲੀ ਦੇ ਉਹਨਾਂ ਦਾ ਵੀ ਨਾਲ ਹੀ ਸੀ ਇੱਕ ਆਟੇ ਨੂੰ ਪਰੇਥਣ ਲੱਗ ਗਿਆ ਉਹ ਵਿਜੀਲੈਂਸ ਵੱਲੋਂ ਇਨਕੁਆਇਰੀਆਂ ਜੇ ਉਹ ਉਹ ਕਾਫੀ ਚੱਲਦਾ ਰਹੂਗਾ ਆਛੂਰ ਨਹੀਂ ਬਾਹਰ ਆ ਗਿਆ ਆਪਣਾ ਦੁੱਖ ਜਿਹੜਾ ਭੁਗਤਣਾ ਸੀ ਭੁਗਤ ਕੇ ਉਹਨਾਂ ਦਾ ਗਰੋਹ ਟਲ ਗਿਆ ਦੂਜਿਆਂ ਦਾ ਹੌਲੀ ਹੌਲੀ ਅਜੇ ਟਾਈਮ ਲੱਗੂਗਾ ਲੰਬਾ ਟਾਈਮ ਵੀ ਲੱਗ ਸਕਦਾ ਡਿਪੈਂਡ ਕਰਦਾ ਕਿ ਕਿਹੋ ਕਿਹੋ ਜੇ ਕਾਗਜ਼ ਵਿਜੀਲੈਂਸ ਜਿਹੜੀ ਆ ਉਹ ਪੈਦਾ ਕਰ ਸਕਦੀ ਹੈ ਇਸ ਤਰੀਕੇ ਦਾ ਇਹ ਤੇ ਚੱਲ ਹੀ ਰਿਹਾ ਹੈ ਦਾ ਇਹਦੇ ਨਾਲ ਠੀਕ ਆ ਕਿ ਇਹ ਬੰਦਿਆਂ ਨੇ ਜਿਹੜਿਆਂ ਨੇ ਇਹ ਇਹ ਭਗਵੰਤ ਮਾਨ ਨੂੰ ਉਹਨਾਂ ਦੇ ਕ੍ਰੈਡਿਟ 'ਚ ਗੱਲ ਜਾਣੀ ਚਾਹੀਦੀ ਹੈ ਕਿ ਜਿਹੜੇ ਬੰਦਿਆਂ ਨੂੰ ਇਹ ਸਰਕਾਰ ਦੇ ਕਿ ਬੰਦੇ ਕਹਿੰਦੇ ਸੀ ਸਾਡੇ ਵੀ ਕਦੀ ਵੀ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਸਾਨੂੰ ਤੇ ਕੋ ਪੁੱਛੇ ਹੀ ਨਹੀਂ ਸਕਦਾ ਘੱਟੋ ਘੱਟ ਹੁਣ ਇੱਕ ਪਬਲਿਕ ਦੇ ਇਮੇਜ ਦੇ ਵਿੱਚ ਸਿੱਧਾ-ਸਿੱਧਾ ਹੱਥ ਪਾ ਕੇ ਬਦਨਾਮੀ ਤੇ ਹੋਈ ਰਹੀ ਹਾਲੀ ਕੀ ਉਹਨਾਂ ਲੀਡਰਾਂ ਨੂੰ ਬਦਨਾਮੀ ਨਹੀਂ ਲੱਗਦੀ ਉਹਨਾਂ ਨੂੰ ਤੇ ਲੱਗਦਾ ਕਿ ਬਦਨਾਮ ਹੋਣਗੇ ਕਾ ਨਾਮ ਨਹੀਂ ਹੋਗਾ ਕਿ ਸਾਡਾ ਨਾਂ ਤੇ ਖ਼ਬਰਾਂ ਜਿਦੇ ਆ ਹੀ ਰਹੇ ਆ ਨਾ ਫੋਟੋ ਆ ਰਹੀ ਆ ਪਤਾ ਲੱਗ ਰਿਹਾ ਬਲਬੀਰ ਸਿੱਧੂ ਇਹੀ ਪਤਾ ਲੱਗ ਰਿਹਾ ਨਾ ਕਿ ਬਹੁਤ ਸਾਰਾ ਪੈਸਾ ਲੂਕ ਰਹਿਣ ਕਿ ਠੀਕ ਆ ਯਾਰ ਕਿ ਬਹੁਤ ਸਾਰਾ ਪੈਸਾ ਫਤੇ ਨੇੜੇ-ਤੇੜੇ ਹੋ ਜੋ ਚਾਰ ਪੈਸੇ ਕਿਸੇ ਵੇਲੇ ਮਿਲਦੀ ਉਮੀਦ ਆ ਖਾਲੀ ਭੁੱਖੇ ਨੰਗ ਕੋਲ ਕੀ ਜਾਣਾ ਸੀ ਇੱਥੇ ਮਾਨਦਾ ਸੀ ਕਿ ਕਿਹੜੀ ਕਿ ਇਮਾਨਦਾਰ ਦੀ ਭੁੱਖੇ ਦੀ ਖੌਣੇ ਤੇ ਕਦਰ ਕਰਦਾ ਇਸ ਕਿਸਮ ਦੇ ਲੋਕਾਂ ਦੇ ਮਾਪਦੰਡ ਲੋਕਾਂ ਦੇ ਸੋਚਣਾ ਇੱਕ ਅਲੱਗ ਕਿਸਮ ਦਾ ਹੁੰਦਾ ਇਹ ਚੱਲੀ ਜਾਊਗਾ ਪਰ ਮੈਂ ਇੱਕ ਗੱਲ ਬੜੇ ਜ਼ੋਰ ਨਾਲ ਤੇ ਦਾਅਵੇ ਨਾਲ ਕਹਿ ਦੇਣਾ ਕਿ ਜਿਹੜੀ ਸਿਸਟਮ ਦੀ ਕਰਪਸ਼ਨ ਹੈ ਜਿਹੜੇ ਰੋਜ਼ਮਰਾਂ ਸਿਸਟਮ ਚੱਲ ਰਿਹਾ ਉਹਦੇ ਚ ਕੋਈ ਠੱਲ ਨਹੀਂ ਆ ਨਾ ਨਸ਼ਿਆਂ ਦੀ ਠੱਲਿਆ ਨਾ ਸਿਸਟਮ ਦੇ ਕਰਪਸ਼ਨ ਦੀ ਕਿਸੇ ਕਿਸਮ ਦੀ ਠਾਲਿਆ ਵਿਰੋਧੀ ਪਾਰਟੀਆਂ ਦਾ ਚੱਲ ਰਿਹਾ ਆਪੋ ਆਪਣਾ ਪੇਪਰ ਹੋ ਗਏ ਆ ਤੇ ਅਜੇ ਕੋਈ ਇਹੋ ਜਿਹਾ ਕਿ ਜਿਹੜੇ ਕੋਈ ਤੁਮਾਕੇ ਵਾਲੀ ਗੱਲ ਹੋਵੇ ਉਹ ਤੇ ਨਹੀਂ ਨਜ਼ਰ ਆ ਰਹੀ ਪਰ ਭਗਵੰਤ ਮਾਨ ਦਾ ਕੰਮ ਬਹੁਤ ਵੱਡਾ ਉਹ ਸਾਨੂੰ ਹੁਣ ਪਤਾ ਲੱਗਾ ਕਿ ਵੱਡਾ ਜਹਾਜ 8 ਸੀਟਾਂ ਵਾਲਾ ਕਿਉਂ ਉਹ ਕਹਿ ਰਹੇ ਸੀ ਕਿ ਸਰਕਾਰ ਪੰਜਾਬ ਸਰਕਾਰ ਨੂੰ ਚਾਹੀਦਾ ਕਿਉਂਕਿ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਬਣਾਉਣਾ ਵੈਸੇ ਤੇ ਉਹ ਸੁਪਨਾ ਲੈ ਹੀ ਰਹੇ ਉਹ ਤੇ ਆਪਣੇ ਆਪ ਨੂੰ ਸਮਝਦੇ ਆ ਕਿ ਮੈਂ ਚੌਥੀ ਪਾਸ ਬੰਦੇ ਨੂੰ ਢਾ ਲਿਆ ਆ ਤੇ ਇੱਕ ਨਵੀਂ ਸਟੋਰੀ ਆ ਅਲੱਗ ਕਰਦੇ ਆ ਬੜੀ ਇੰਟਰਸਟਿੰਗ ਸਟੋਰੀ ਹੈ ਤੇ ਉਹ شیخ ਚਿਲੀ ਵਾਂਗੂ ਐਂ ਕੁਛ ਸਿਰ ਮਾਰਿਆ ਸੀ ਨਾ شیخ ਚਿਲੀ ਨੇ ਤੇ ਉਹ ਾਂਡੇ ਟੁੱਟ ਗਏ ਤੇ ਸਾਰੇ ਘਰ ਦੀ ਵੀ ਚਲੇ ਗਈ ਤੇ ਸਾਰਾ ਚਲਾ ਗਿਆ ਜਿਹੜਾ ਉਹ ਜੀ ਇੱਕ ਕਹਾਣੀ ਹੈਗੀ ਉਹ ਅਲੱਗ ਕਰਦੇ ਆ ਪਰ ਹਾਲਤ ਇਹ ਹੈ ਕਿ ਭਗਵੰਤ ਮਾਨ ਉਹਨਾਂ ਦਾ ਜੋਰ ਲੱਗਾ ਕਿ ਕੇਜਰੀਵਾਲ ਨੂੰ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਤੇ ਆਲਮੋਸਟ ਰਾਤ ਨੂੰ ਇੱਕ ਵਾਰੀ ਸੁਪਨਾ ਉਸ ਕੁਰਸੀ ਦਾ ਜਰੂਰ ਲੈ ਕੇ ਸੌਂਦੇ ਆ ਕੇਜਰੀਵਾਲ ਵੀ ਉਹ ਵੀ ਕੋਈ ਕਿਸੇ ਪਾਸਿਓਂ ਘਟ ਨਹੀਂ ਕਰਨਾਟਕਾ ਚ ਟਾਈਮ ਲਾ ਰਹੇ ਆ ਅੱਗੇ ਅਸਾਮ ਚ ਗਏ ਸੀ ਛੱਤੀਸਗੜ੍ਹ ਗਏ ਸੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਛੋਟੀ ਜਿੰਦੜੀ ਤੇ ਵੱਡੇ ਕੰਮ ਭਗਵੰਤ ਮਾਨ ਹੁਣਾਂ ਨੂੰ ਪੈ ਗਏ ਆ ਪਿੱਛੇ ਸਾਡੇ ਪੰਜਾਬ ਚ ਕੀ ਹੁੰਦਾ ਮੀਂਹ ਅੱਜ ਪਈ ਜਾਂਦਾ ਦੁਬਾਰਾ ਕਹਿੰਦੇ ਚਾਰ ਪੰਜ ਦਿਨ ਹੋਰ ਮੇਗਨਾਥ ਹੁਣਾਂ ਨੇ ਜਾਂ ਜਿਹੜਾ ਸਾਡਾ ਵੱਡਣਾ ਵਾਲਾ ਦੇਵਤਾ ਆ ਉਹਨੇ ਮੇਰ ਕਰਨੀਆਂ ਤੇ ਥੱਲੇ ਜਿਹੜਾ ਦਿਲ ਕੰਬ ਰਹੇ ਆ ਲੋਕਾਂ ਦੇ ਕਿਸਾਨਾਂ ਦੇ ਬਹੁਤ ਦੁਖੀ ਆ ਪਰੇਸ਼ਾਨ ਆ ਇਹ ਮਾੜਾ ਮੋਟਾ ਛਿੱਟ ਛਟਾਕਾ ਕਰਕੇ ਚਲੇ ਜਾਏ ਤੇ ਵਧੀਆ ਜੇ ਕਿਤੇ ਜ਼ਿਆਦਾ ਕੋਈ ਖੁੱਲ ਗਿਆ ਜ਼ਿਆਦਾ ਹੀ ਨੱਕਾ ਖੁੱਲ ਗਿਆ ਤਾਂ ਬਹੁਤ ਮੁਸ਼ਕਲ ਪੈਦਾ ਹੋ ਜੂਗੀ ਭਾਵੇਂ ਉਹ 100 200 400 ਪਿੰਡਾਂ ਵਿੱਚੀ ਹੋਵੇ ਉਹਨਾਂ ਲਈ ਤੇ ਇੱਕ ਬਹੁਤ ਵੱਡਾ ਨੁਕਸਾਨ ਕਿਉਂਕਿ ਪਹਿਲਾਂ ਹੀ ਬਹੁਤ ਨੁਕਸਾਨ ਅਸਹਿ ਹੋ ਚੁੱਕਾ ਚਾਹੀਦਾ ਤੇ ਹੈ ਕਿ ਉਹ ਅੱਜ ਜਿਹੜੇ ਕਿਸਾਨ ਕਦੀ ਰੇਲਾਂ ਤੇ ਆ ਕਦੀ ਹੋਰ ਆ ਬੈਠੇ ਆ ਜਗਾ ਜਗਾ ਮੰਡੀਆਂ ਦੇ ਵਿੱਚ ਆਪਣੀਆਂ ਸ਼ਿਕਾਇਤਾਂ ਦੇ ਰਹੇ ਆ ਤੇ ਕਿਵੇਂ ਕਣਕ ਨੂੰ ਵੇਲੇ ਸਿਰ ਸਾਹਮਣਾ ਉਸ ਤੇ ਨਾਲ ਖੜੇ ਹੁੰਦੇ ਜਦ ਤੱਕ ਕਣਕ ਨਾ ਥੰਬੀ ਜਾਂਦੀ ਤੋ ਇਧਰ ਉਧਰ ਗੇੜਾ ਛੱਡ ਲੈਂਦੇ ਤੇ ਸਾਰੇ ਸਿਸਟਮ ਨੂੰ ਤਤਪਰ ਰੱਖਦੇ ਉਹ ਨਹੀਂ ਅਜੇ ਦੇਖ ਰਹੇ ਖੈਰ ਇਨ੍ਹਾਂ ਗੱਲਾਂ ਦਾ ਜਵਾਬ ਲੋਕ ਜਿਲੰਦਰ ਦੀ ਜਿਮਨੀ ਚੌਂਚ ਦਿੱਦੇ ਨੇ ਬਿਲਕੁਲ ਮੈਂ ਜਿਵੇਂ ਕਿਹਾ ਕਿ ਸਰਕਾਰ ਪ੍ਰੋਫੈਸਰ ਸਾਹਿਬ ਹਵਾ ਭਰਦੀ ਹੈ ਤੇ ਨੀਚੋਂ ਹਵਾ ਨਿਕਲ ਵੀ ਜਾਂਦੀ ਹੈ ਕੋਸ਼ਿਸ਼ ਕਰਦੇ ਨੇ ਕਿ ਇੱਕ ਸਟੈਪ ਗਾਹ ਤੁਰਿਆ ਜਿਵੇਂ ਕੱਲ ਵੀ ਆਪਾਂ ਸੱਚਾ ਕੀਤੀ ਹੁਣ ਗੱਲ ਇਹ ਆ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਜਿਵੇਂ ਮੈਂ ਸਵਾਲ ਕੀਤਾ ਸੀ ਕਿ ਉਹਦਾ ਭਰਾ ਮੋਹਨ ਬਿਸ਼ਨੋਈ ਕਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆਪਣਾ ਆਰਾਮ ਨਾਲ ਪ੍ਰੋਗਰਾਮਾਂ ਚ ਪੇਸ਼ ਹੋ ਰਿਹਾ ਉੱਥੇ ਜਾ ਰਿਹਾ ਤੇ ਇਹ ਇਹ ਵੀ ਸਰਕਾਰ ਤੇ ਸਵਾਲ ਖੜੇ ਕਰਦਾ ਹੈ ਕਿ ਕਿੰਨੀ ਕੁ سنجیدਗੀ ਹੈ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਦੂਜਾ ਇਹ ਕਿ ਜਿਹੜੇ ਬਾਪੂ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੇ ਮਸਲੇ ਤੇ ਕੌਮਨ ਸਾਹਿਬ ਮੋਰਚੇ ਵਾਲੇ ਵੀ ਲੱਗੇ ਹੋਏ ਨੇ ਉਹ ਵੀ ਕਹਿੰਦੇ ਸੀ ਕਿ ਹਵਾਰਾ ਨੂੰ ਇੱਥੇ ਲਿਆਂਦਾ ਜਾਵੇ ਚੰਡੀਗੜ੍ਹ ਜੇਲ੍ਹ ਵਿੱਚ ਕੀਤਾ ਜਾਵੇ ਉੱਥੇ ਸਰਕਾਰ ਨੇ ਸਮਾਂ ਮੰਗਿਆ ਮਾਨਯੋਗ ਹਾਈ ਕੋਰਟ ਤੋਂ ਪਰ ਹਲੇ ਉਹ ਗੱਲ ਜਿਹੜੀ ਆ ਉਹ ਠੰਡੇ ਬਸਤੇ ਵਿੱਚ ਪਈ ਹੋਈ ਆ ਬਾਪੂ ਸੁਰਜੀਤ ਸਿੰਘ ਖਾਲਸਾ ਫੇਰ ਪੋਕਟ ਹੜਤਾਲ ਤੇ ਚਲੇ ਗਏ ਨੇ ਤੀਜੀ ਨਾਲੋਂ ਨਾਲ ਲੱਗਦੀ ਇਹ ਆ ਕਿ ਜੇ ਤੁਹਾਡੇ ਧਿਆਨ ਵਿੱਚ ਰਹੇ ਨਾਲੋਂ ਨਾਲ ਕਿ ਸਿਹਤ ਦਾ ਮਸਲਾ ਜਿਹੜੀ ਗੱਲ ਆਪਾਂ ਪਹਿਲਾਂ ਕਰਦੇ ਰਹੇ ਆ ਕਿ ਉੱਥੇ ਦਾ ਫਰਜ਼ੀ ਪਰਚੀਆਂ ਵਾਲਾ ਰੌਲਾ ਪੈ ਗਿਆ ਕਿ ਮਰੀਜ਼ ਕਿੱਥੋਂ ਆ ਗਏ ਫਰਜ਼ੀ ਡਾਕਟਰਾਂ ਨੂੰ ਹਟਾ ਦਿੱਤਾ ਕਿ ਇਹ ਇੱਕ ਚੰਗੀ ਗੱਲ ਹੈ ਕਿ ਜੇ ਸਰਕਾਰ ਤੱਕ ਰਿਪੋਰਟ ਪਹੁੰਚੀ ਤੇ ਉੱਤੇ ਕੰਮ ਵੀ ਕਰ ਦਿੱਤਾ ਗਿਆ ਉਸ ਢੰਗ ਦਾ ਕਿ ਕੋਈ ਮੁੜ ਕੇ ਅੱਗੋਂ ਸਬਕ ਸਿਖਾਉਣ ਵਾਲਾ ਕੰਮ ਕੀਤਾ ਪਰ ਉਹ ਡਾਕਟਰ ਕਹਿੰਦੇ ਕਿ ਨਹੀਂ ਅਸੀਂ ਨਹੀਂ ਫਰਜ਼ੀ ਮਰੀਜ਼ ਪੈਦਾ ਕੀਤੇ ਦੇਖੋ ਜਿੱਥੇ ਤੱਕ ਤੇ ਬਾਬਾ ਸੂਰ ਸਿੰਘ ਦਾ ਆ ਉਹਨਾਂ ਨੇ ਤੇ ਨਰਾਸ਼ ਹੋ ਕੇ ਹੀ ਕੀਤਾ ਕਿ ਇਹਨਾਂ ਨੇ ਕੁਝ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਇਸ ਗੱਲ ਦਾ ਜਵਾਬ ਵੀ ਭਾਵੇਂ ਲਤੀਪੁਰੇ ਵਾਲੇ ਆ ਭਾਵੇਂ ਕੋਈ ਹੋਰ ਕਿਸਾਨ ਜਿਹਨਾਂ ਦੀ ਫਸਲ ਏਨੀ ਪਿੰਡਾਂ ਦੇ ਵਿੱਚ ਤਬਾਹ ਹੋਈ ਆ ਉਹਨਾਂ ਨੇ ਇਸ ਗੱਲ ਦਾ ਸਾਰਾ ਜਵਾਬ ਚੋਣਾਂ ਦੇ ਵਿੱਚ ਦੇਣਾ ਇੰਨਾਂ ਗੱਲਾਂ ਦਾ ਸਾਰਿਆਂ ਦਾ ਬਿਲਕੁਲ ਅਸਰ ਹੋਊਗਾ ਖਾਸ ਕਰਕੇ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਮੂਸੇਵਾਲਾ ਬੜੇ ਪਰੇਸ਼ਾਨ ਸੀਗੇ ਉਹ ਇਸ ਗੱਲ ਤੇ ਕਿ ਸਾਨੂੰ ਔਜਲਾ ਤੇ ਸ਼ਹਿਰੀ ਅਲੱਗ ਲੱਗਦੇ ਸੀਗੇ ਤੇ ਇਹ ਉਥੇ ਇਕੱਠੇ ਤੇ ਉਹਨਾਂ ਦੇ ਮਨ ਵਿੱਚੋਂ ਇੰਜ ਹੂਕ ਜਿਹੀ ਉੱਠ ਰਹੀ ਸੀ ਕਿ ਕਿਹਦੇ ਤੇ ਭਰੋਸਾ ਕੀਤਾ ਜਾਏ ਕਿ ਇਹ ਸਾਰੇ ਸਾਡੇ ਜਾਨੀ ਬੱਚੀ ਦੇ ਕਾਤਲ ਦੇ ਨਾਲ ਇਹ ਵੀ ਉਥੇ ਦੇਖੇ ਜਾ ਸਕਦੇ ਆ ਉਹਨਾਂ ਨੂੰ ਵਿਸ਼ਵਾਸ ਜਿਆ ਨਹੀਂ ਆਉਂਦਾ ਪਰ ਕੈਮਰਾ ਤੇ ਝੂਠ ਨਹੀਂ ਬੋਲਦਾ ਹੁਣ ਇਸ ਗੱਲ ਦੀ ਮੀਡੀਆ ਨੇ ਵੀ ਕਾਫੀ ਤਹਿਕੀਕਾਤ ਕੀਤੀ ਤੇ ਇਸ ਗੱਲ ਤੇ ਉਹ ਕਹਿ ਹੀ ਰਹੇ ਆ ਕਿ ਮੈਨੂੰ ਤੇ ਖੁਦ ਮੈਂ ਬੜਾ ਪਰੇਸ਼ਾਨ ਆ ਕਿ ਸਾਡਾ ਬੱਚਾ ਇਸ ਤਰੀਕੇ ਦੇ ਨਾਲ ਇੰਨਾ ਬੰਦਿਆਂ ਵੱਲੋਂ ਇਹ ਸਾਰੇ ਵੇਖਣ ਨੂੰ ਜੋ ਇਕੱਠੇ ਲੱਗਦੇ ਆ ਅੱਜ ਦੀ ਡੇਟ ਦੇ ਵਿੱਚ ਵੀ ਸਾਰੇ ਮਿਲ ਜੁਲ ਕੇ ਕਰਦੇ ਉਹ ਇਸ ਗੱਲ ਤੇ ਬਿਲਕੁਲ ਭਰੋਸਾ ਕਰਨ ਲਈ ਤਿਆਰ ਨਹੀਂ ਕਿ ਜੋ ਐਕਸਪਲੇਨੇਸ਼ਨ ਆਉਜਲਾ ਵੱਲੋਂ ਜਾਂ ਸ਼ੈਰੀ ਵੱਲੋਂ ਵੀ ਸ਼ਾਇਦ ਬਾਅਦ ਵਿੱਚ ਆਈ ਹੈ ਇਹ ਦਿੱਤੀ ਜਾ ਰਹੀ ਹੈ ਤੇ ਦੇਖੋ ਸਾਨੂੰ ਕੀ ਪਤਾ ਸਾਨੂੰ ਤੇ ਬੁਲਾਇਆ ਸੀਗਾ ਤੇ ਅਸੀਂ ਉੱਥੇ ਚਲੇ ਗਏ ਤੇ ਕਿਹਨੂੰ ਬੁਲਾਉਣਗੇ ਕਿਹਨੂੰ ਨਹੀਂ ਬੁਲਾਉਣਗੇ ਕਿਹੜਾ ਇੱਥੇ ਸਾਧਿਆ ਕਿਹੜਾ ਇੱਥੇ ਚੋਰ ਆ ਇਹ ਤੇ ਆਰਗੇਨਾਈਜ਼ਰ ਜਾਣਨ ਪਰ ਬਲਖੌਰ ਸਿੰਘ ਉਹਨਾਂ ਦਾ ਆਰਗੂਮੈਂਟ ਹੈਗਾ ਕਿ ਜਿਹੋ ਜਿਹੇ ਆਰਗੇਨਾਈਜ਼ਰ ਹੈਗੇ ਆ ਉਹਨਾਂ ਦਾ ਤੇ ਪਤਾ ਹੁੰਦਾ ਨਾ ਜਿੱਥੇ ਤੁਸੀਂ ਆਪਣਾ ਜਾ ਰਹੇ ਆ ਕੰਟਰੈਕਟ ਲੈ ਰਹੇ ਆ ਤੁਸੀਂ ਆਪਣੀਆਂ ਕੰਡੀਸ਼ਨਸ ਜਾਂ ਆਪਣਾ ਪਤਾ ਹੁੰਦਾ ਤੇ ਇਸ ਲਈ ਉਹਨਾਂ ਦਾ ਦੁੱਖ ਇਹ ਨਹੀਂ ਸੀ ਵੀ ਉੱਥੇ ਲਾਰੈਂਸ ਬਿਸ਼ਨੋਈ ਦਾ ਭਰਾ ਬਿਸ਼ਨੋਈ ਉੱਥੇ ਕਿਉਂ ਸੀਗਾ ਉਹਨਾਂ ਦਾ ਇਹ ਸੀਗਾ ਕਿ ਇਹ ਜਿਹੜੇ ਬੰਦਿਆਂ ਤੇ ਜਿਨ੍ਹਾਂ ਤੇ ਸਾਨੂੰ ਥੋੜਾ ਮਾਨ ਲੱਗਦਾ ਸੀਗਾ ਇਹ ਉਹੋ ਜੀ ਜਗ੍ਹਾ ਜਾ ਕੇ ਪੈਸੇ ਲਈ ਆਪਣਾ ਪ੍ਰੋਗਰਾਮ ਕੀਤਾ ਜਿੱਥੇ ਉਹ ਬੰਦੇ ਵੀ ਆਏ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਨੌਜਵਾਨ ਪੁੱਤ ਦੇ ਕਾਤਲ ਤੇ ਇਹ ਗੱਲਾਂ ਦਾ ਅਸਰ ਤੇ ਸਾਰਾ ਕੁਦਰਤੀ ਆ ਪਹਿਲਾਂ ਸੰਗਰੂਰ ਚੌਂਚ ਵੀ ਹੋਇਆ ਜਲੰਧਰ ਦੀ ਚੌਂਚ ਵਿੱਚ ਵੀ ਲੋਕ ਇਹਨਾਂ ਗੱਲਾਂ ਦਾ ਪ੍ਰਭਾਵ ਲੈਣਗੇ ਤੇ ਸਵਾਲ ਵੀ ਕਰਨਗੇ ਅਜੇ ਪਾਰ ਗਏ ਸੀ ਕਰਨਾਟਕਾ ਤੋਂ ਵਾਪਸ ਆ ਲੈਣ ਤੋਂ ਤੇ ਜਦੋਂ ਵਾਪਸ ਆਉਣਗੇ ਜਲੰਧਰ ਦੇ ਵਿੱਚ ਲਗਾਤਾਰ ਕੈਂਪੇਨ ਸ਼ੁਰੂ ਹੋ ਜੂਗੀ ਹੁਣ ਹੋਰ ਹਫ਼ਤੇ ਦੇ ਅੰਦਰ ਪੂਰੀ ਮੰਗ ਜਾਣੀ ਹੈ ਤਾਂ ਉਦੋਂ ਜਦੋਂ ਪੇਪਰ ਉੱਪਰ ਵਾਪਸ ਹੋਗੇ ਉਦੋਂ ਫਿਰ ਰੋਜ਼ ਦੇ ਪ੍ਰੋਗਰਾਮ ਵੱਡੇ ਲੀਡਰ ਆ ਕੇ ਢੋਣ ਲੱਗ ਜਾਣੇ ਆ ਕੇਜਰੀਵਾਲ ਵੀ ਆਊਗਾ ਸਾਰੇ ਆਉਣਗੇ ਸਸੋਧੀਆਂ ਨੂੰ ਤੇ ਛੁੱਟੀ ਸ਼ਾਇਦ ਨਾ ਮਿਲੇ 2-4 ਦਿਨ ਲਈ ਜੇ ਮਿਲ ਜੇ ਤੇ ਚੰਗੀ ਗੱਲ ਹੈ ਉਹ ਵੀ ਆਪਣਾ ਚਸਕਾ ਪੂਰਾ ਕਰ ਜਾਏ ਇਹ ਹਾਲਤ ਇੱਥੇ ਸਾਨੂੰ ਦਿਖ ਰਹੀ ਹੈ ਹਾਂਜੀ ਮੈਜਿਸਟ੍ਰੀਕ ਨਾਲ ਉਹ ਮਹੱਲਾ ਕਲੀਨਿਕਾਂ ਦੀ ਗੱਲ ਕਰ ਰਹੇ ਸੀ ਕਿ ਨੌਕਰੀ ਤੋਂ ਕੱਲ ਬਿਲਕੁਲ ਬਿਲਕੁਲ ਉਹ ਜਿਹੜੀ ਮਹੱਲਾ ਕਲੀਨਿਕਾਂ ਵਾਲੀ ਗੱਲ ਹੈ ਇੱਕ ਅਲੱਗ ਟੌਪਿਕ ਜਦੋਂ ਆ ਜਾਂਦਾ ਤਾਂ ਉਹ ਮੇਰੇ ਤੇ ਕਈ ਵਾਰੀ ਸਲਿੱਪ ਕਰ ਜਾਂਦਾ ਉਹ ਅਸੀਂ ਦੇਖੋ ਸੁਖਵਿੰਦਰ ਬੜੀ ਸਾਫ਼ ਗੱਲ ਹੈ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਠੇਕੇਦਾਰੀ ਸਿਸਟਮ ਲੈ ਆ ਹੋਗੇ ਤਾਂ ਠੇਕੇਦਾਰ ਦਾ ਇੰਟਰਸਟ ਤੇ ਠੇਕੇ 'ਚ ਹੁੰਦਾ ਕਿ ਮੇਰਾ ਵਾਦ ਤੋਂ ਵਾਦ ਠੇਕਾ ਕਿਵੇਂ ਵਧੇ ਮੈਨੂੰ ਬਾਅਦ ਜ਼ਿਆਦਾ ਕਿਸ ਤਰੀਕੇ ਨਾਲ ਫਾਇਦਾ ਹੋਏ ਉਹਨਾਂ ਦਾ ਮਰੀਜ਼ਾਂ ਨੂੰ ਠੀਕ ਕਰਨ ਦੇ ਵਿੱਚ ਓਨੀ ਤਵੱਜੋ ਨਹੀਂ ਹੋਊਗੀ ਜਿੰਨਾ ਉਹਨਾਂ ਨੂੰ ਇਸ ਗੱਲ ਦਾ ਤਵਕਕ ਹੋਊਗੀ ਕਿ ਦੇਖੋ ਜੀ ਵੱਦ ਤੋਂ ਵੱਧ ਮਰੀਜ਼ ਕਿੰਨੇ ਆ ਇਹਨਾਂ ਨੇ ਜੋ ਠੀਕਾ ਬਣਾਇਆ ਇੱਕ ਬੇਸ ਲਾਈਨ ਦਿੱਤੀ ਕਿ ਇਹ ਤੋਂ ਥੱਲੇ ਤੁਹਾਡੇ ਜੇ ਕੋਈ ਮਰੀਜ਼ ਇੱਕ ਵੀ ਨਹੀਂ ਆਉਂਦਾ ਤਾਂ ਵੀ ਤੁਹਾਨੂੰ 50 ਮਰੀਜ਼ਾਂ ਦੇ ਅਸੀਂ ਪੈਸੇ ਦੇਵਾਂਗੇ ਜਿੱਦੇ ਆਪਾਂ ਰੇਟ 50 ਰੁਪਏ ਡਾਕਟਰ ਨੂੰ ਆ ਤੇ ਦੂਜਾ ਪਤਾ ਨਹੀਂ 18 15 ਕਿੰਨੇ ਮੈਨੂੰ ਯਾਦ ਨਹੀਂ ਫਾਰਮਿਸਿਸਟ ਨੂੰ ਤੇ ਇੱਕ ਟੈਕਨੀਕਲ ਹੈਲਪਰ ਨੂੰ ਹੈਗੇ ਆ ਉਹ ਜਾਂ ਉਹ ਹੀ ਜੋ ਅਸੀਂ ਸਸਪੈਕਟ ਕਰਦੇ ਸੀ ਕਿ ਪਈ ਉੱਥੇ ਤੇ ਜਾਲੀ ਕੰਮ ਹੋਣਗੇ ਉੱਥੇ ਉਹਦਾ ਇੰਟਰਸਟ ਹੋਊਗਾ ਕਿ ਵੱਧ ਤੋਂ ਵੱਧ ਮਰੀਜ਼ ਆਉਣ ਵੱਧ ਤੋਂ ਵੱਧ ਬਿਮਾਰੀਆਂ ਫੈਲਣ ਤਾਂ ਕਿ ਉਹਦਾ ਪੈਸਾ ਵੱਧ ਤੋਂ ਵੱਧ ਡਾਕਟਰ ਦਾ ਇਹ ਇੰਟਰਸਟ ਥੋੜੀ ਹੋਊਗਾ ਕਿ ਵੱਧ ਤੋਂ ਵੱਧ ਮਰੀਜ਼ ਠੀਕ ਕਰਾਂ ਉਹਦਾ ਤੇ ਇਹ ਹੋਊਗਾ ਕਿ ਬਚੇ ਕੋਈ ਨਾ ਸਾਡੇ ਵੇਲੇ ਮੈਂ ਕਦੋਂ ਜਦੋਂ ਛੋਟਾ ਸੀ ਅੱਜ ਤੋਂ ਮੈਂ 60 ਸਾਲ ਪਹਿਲਾਂ ਦੀ ਕਹਾਣੀ ਪਿੰਡਾਂ ਚ ਡਾਕਟਰ ਦੀ ਦੱਸਦਾ 60 ਸਾਲ ਪਹਿਲਾਂ ਦੀ ਐਗਜੈਕਟ ਇਹ ਤੋਂ ਜ਼ਿਆਦਾ ਹੀ ਹੋ ਸਕਦਾ ਘੱਟ ਨਹੀਂ ਡਾਕਟਰ ਸੀ ਇੱਕ ਬੜਾ ਸਿਆਣਾ ਸੀ ਟੀਕੇ ਦੇ ਨਾਲ ਲੋਕਾਂ ਨੂੰ ਇਲਾਜ ਹੋ ਜਾਂਦਾ ਸੀ ਠੀਕ ਹੋ ਜਾਂਦਾ ਤੇ ਜੋ 2-3 ਦਿਨਾਂ ਚ ਜਦੋਂ ਬੰਦਾ ਬਿਲਕੁਲ ਹੋ ਜਾਂਦਾ ਸੀ ਤੇ ਉਹਦੇ ਬਾਰੇ ਮਸ਼ਾਹੂਰੀ ਸੀ ਫਿਰ ਇੱਕ ਹੋਰ ਦੂਜਾ ਟੀਕਾ ਲਾ ਦਿੰਦਾ ਸੀ ਫਿਰ ਬੰਦਾ ਉਸੇ ਤਰ੍ਹਾਂ ਹੀ ਸਾਹ ਛੱਡਣ ਲੱਗ ਜਾਂਦਾ ਸੀ ਤੇ ਦੋ ਸੂਈਆਂ ਹੋਰ ਲਾਉਂਦਾ ਸੀ ਬਾਅਦ ਚ ਇਹ ਮੈਂ ਜ਼ਰੂਰੀ ਨਹੀਂ ਕਹੈ ਸੀ ਤੇ ਬਹੁਤ ਛੋਟੇ ਸੀ 8-8 ਸਾਲਾਂ ਦੇ ਪਰ ਉਹ ਡਾਕਟਰ ਬਾਰੇ ਸੀ ਵੀ ਡਾਕਟਰ ਬਹੁਤ ਚੰਗਾ ਪਰ ਮਰੀਜ਼ ਨੂੰ ਛੱਡਦਾ ਨਹੀਂ ਇਹੀ ਕਹਾੜਾ ਪ੍ਰਾਈਵੇਟ ਹਸਪਤਾਲਾਂ ਜਿਹਾ ਬੰਦੇ ਨੂੰ ਆਕਸੀਜਨ ਲਾ ਕੇ 10 ਦਿਨ ਵਾਧੂ ਹੀ ਬੈੱਡ ਦਾ ਚਾਰ ਜਾ ਚਾਰ ਜਾ ਚਾਰਜ ਵੱਡਾ ਸਾਰਾ ਬਿੱਲ 5-7 ਲੱਖ ਵਾਧੂ ਹੋਰ ਤੁਹਾਡੇ ਹੱਥ 'ਚ ਫੜਾਉਂਦੇ ਭਾਵੇਂ ਕੋਈ ਬੰਦਾ ਦੇਣ ਚੋਂ ਗਾਵੇ ਤੇ ਭਾਵੇਂ ਨਾ ਤੇ Laash ਨੂੰ ਉਹ ਨਹੀਂ ਦਿੰਦੇ ਜਦ ਤੱਕ ਤੁਸੀਂ ਪੂਰੀ ਅਪਗਤਾਨ ਨਹੀਂ ਕਰਦੇ ਬੰਦੇ ਇੰਨੇ ਇਮੋਸ਼ਨਲੀ ਬਲੈਕਮੇਲ ਹੁੰਦੇ ਇੱਕ ਪਰਿਵਾਰਕ ਮੈਂਬਰ ਚਲੇ ਜਾਂਦਾ ਔਰ ਦੂਸਰਾ ਉਹਦੇ 'ਚ ਉਹਨਾਂ ਨੂੰ ਇਸ ਕਿਸਮ ਦਾ ਹਰਾਸ ਕੀਤਾ ਜਾਂਦਾ ਪੈਸੇ ਦੇ ਦੁੱਖੋਂ ਇਹ ਇੱਕ ਬੜੀ ਇਹ ਦੁਖਦਾਈ ਗੱਲ ਸਾਰੀ ਨਜ਼ਰ ਆਉਂਦੀ ਹੈ। ਇਹੀ ਕਲੀਨਿਕਾਂ ਦਾ ਇਹ ਹਾਲ ਹੋਇਆ। ਚੰਗੀ ਗੱਲ ਇਹ ਠੀਕ ਹੈ। ਜੋ ਦੁੱਗਣੇ-ਦੁੱਗਣੇ ਐਂਟਰੀ ਮਾਰ ਰਹੇ ਸੀ ਜਿੱਥੇ 50 ਆਉਣੇ ਸੀ 100 ਦਿਖਾ ਰਹੇ ਸੀ, ਜਿੱਥੇ 75 ਆਉਣੇ ਸੀ 150 ਦਿਖਾ ਰਹੇ ਸੀ। ਉਗੋ ਕੇ ਪਿੰਡ ਦੇ ਵਿੱਚ ਪਰਣਾਲੇ ਦੇ ਵਿੱਚ ਤੇ ਚਲੋ ਉਹਨਾਂ ਨੇ ਰੀਡ ਮਾਰ ਕੇ ਬੰਦੇ ਫੜ ਲਏ ਆ। ਇੰਨਾ ਬੰਦਿਆਂ ਨੂੰ ਵੀ ਸਸਪੈਂਡ ਕਰ ਦਿੱਤਾ। ਅੱਗੇ ਵੀ ਕੋਈ ਸ਼ਾਇਦ ਹੋਰ ਇਨਕੁਆਇਰੀ ਬਾਕੀ ਸੈਂਟਰਾਂ 'ਚ ਵੀ ਇਹੋ ਜਿਹੀ ਚੱਲੇ। ਅ ਇੱਕ ਗੱਲ ਤਾਂ ਤੇ ਸਾਫ਼ ਹੋ ਗਿਆ ਕਿ ਜਿਹੜਾ ਇਹਨਾਂ ਨੇ ਆਪਣਾ ਫਲੈਗਸ਼ਿਪ ਪ੍ਰੋਗਰਾਮ ਜਿਹਦੇ ਸਿਰ ਤੇ ਉੱਤੇ ਇਹ ਇਲੈਕਸ਼ਨ ਦੇ ਵਿੱਚ ਮਸ਼ਹੂਰੀ ਕਰਨੀ ਸੀ ਤੇ ਪੂਰੇ ਦੇਸ਼ 'ਚ ਕਰਨੀ ਸੀ ਕਿ ਆਮ ਆਦਮੀ ਕਲੀਨਿਕ ਬੱਲੇ 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 ਜਾਂ ਮਹੱਲਾ ਕਲੀਨਿਕ ਯੂਪੀ 'ਚ ਪੁੱਛੋ ਹੀ ਕੁਛ ਨਾ ਇਲਾਜ ਉੱਥੇ ਤੇ ਅਮਰੀਕਾ ਦੇ ਬਰਾਬਰ ਦਾ ਇਲਾਜ ਚੱਲ ਰਿਹਾ ਹੋਣਾ ਕੀ ਸੀ ਉੱਥੇ ਕੱਖ ਨਹੀਂ ਕਿ ਮੰਗਵੇਂ ਡਾਕਟਰ ਤੇ ਮੰਗਵੀ ਜਗਾ ਤੇ ਫੋਟੋ ਭਗਵਾਨ ਤਾਂ ਮੰਨਦੀ ਹੈ ਇਸ ਤਰੀਕੇ ਨਾਲ ਥੋੜੀ ਕੰਮ ਕੁਝ ਹੁੰਦੇ ਹੁੰਦੇ ਆ ਉਹਦਾ ਰਿਜ਼ਲਟ ਉਹ ਹੀ ਨਿਕਲ ਰਿਹਾ ਇਹ ਉਸ ਗੱਲ ਦਾ ਤੇ ਜਲੂਸ ਨਿਕਲ ਗਿਆ ਇਸ ਨੂੰ ਇਹ ਬਹੁਤਾ ਘੱਟੂ ਘੱਟ ਜਿਲੰਦਰ ਵਾਲੀ ਜਿਮਨੀ ਚੋਣ ਚ ਕੋਈ ਬਹੁਤਾ ਉਹਦਾ ਫਾਇਦਾ ਨਹੀਂ ਲੈ ਪਾਉਣਗੇ ਜੇ ਇਹ ਕਹਿਣਗੇ ਤੇ ਵਿਰੋਧੀ ਪਾਰਟੀਆਂ ਫੱਟ ਦੇਣੀ ਸਵਾਲ ਕਰਨਗੀਆਂ ਸਾਨੂੰ ਪਤਾ ਜਿਹੜੇ ਉਹਨਾਂ ਦੇ ਦੂਜੇ ਧਿਰ ਰਹਿ ਗਏ ਆ ਡਾਕਟਰ ਸਾਹਿਬਾਨ ਜਾ ਉੱਥੇ ਜਿਹੜੇ ਵੀ ਫਾਰਮ ਸਿਸਟ ਉਹਨਾਂ ਦਾ ਤੁਸੀਂ ਜਿਵੇਂ ਦੱਸ ਰਹੇ ਆ ਇਹ ਠੀਕ ਗੱਲ ਆ ਕਿ ਉਹ ਕਹਿੰਦੇ ਕਿ ਸਾਡੇ ਨਾਲ ਤੱਕਾ ਹੋਇਆ ਇਹੋ ਜੀ ਗੱਲ ਤੋਂ ਅਸੀਂ ਮੁਨਕਰ ਨਹੀਂ ਆਂ ਕਿਸੇ ਨੂੰ ਵੀ ਭਾਵੇਂ ਉਹ ਠੇਕੇ ਤੇ ਰੱਖਿਆ ਭਾਵੇਂ ਉਹ ਪੱਕੀ ਨੌਕਰੀ ਤੇ ਰੱਖਿਆ ਉਸ ਨੂੰ ਜੇ ਕੱਢਣਾ ਰੱਖਣ ਵੇਲੇ ਵੀ ਇੱਕ ਪ੍ਰੋਪਰ ਸਕਰੀਨਿੰਗ ਤੇ ਪ੍ਰੋਪਰ ਐਡਵਰਟਾਈਜ਼ਮੈਂਟ ਦੇ ਰਹੀਂ ਜਦੋਂ ਸਰਕਾਰੀ ਪੈਸਾ ਜਾਣਾ ਤੇ ਇੱਕ ਓਪਨ ਚੋਇਸ ਸਾਰੇ ਲੋਕਾਂ ਨੂੰ ਬਰਾਬਰ ਦੇ ਚਾਂਸ ਦੇ ਕੇ ਸ਼ੁਰੂ ਹੋਣੀ ਚਾਹੀਦੀ ਹੈ ਤੇ ਜਦੋਂ ਕਿਸੇ ਨੂੰ ਕੱਢਣਾ ਹੋਵੇ ਉਹ ਵੀ ਪ੍ਰੋਪਰ ਇਨਕੁਆਇਰੀ ਹੋ ਕੇ ਜਿਹੜਾ ਹੈ ਜਿਹੜੇ ਬੰਦੇ ਪੀੜਿਤ ਹੈਗੇ ਐ ਇਸ ਵੇਲੇ ਉਨ੍ਹਾਂ ਦਾ ਪੱਖ ਬਿਨਾਂ ਜਾਣਿਆ ਐਡਾ ਵੱਡਾ ਐਕਸ਼ਨ ਕੇਸ ਦੇ ਤੇ ਨਹੀਂ ਲੈਣਾ ਚਾਹੀਦਾ ਜੇ ਉਹ ਨਹੀਂ ਕੀਤਾ ਗਿਆ ਸਿੱਧਾ ਹੁਕਮ ਹੀ ਸੁਣਾ ਦਿੱਤਾ ਗਿਆ ਤਾਂ ਉਹ ਇੱਕ ਮਾੜੀ ਰਵਾਇਤ ਹੋਊਗੀ ਜੀ ਬਿਲਕੁਲ ਅਗਲੀ ਗੱਲ ਇਹ ਆ ਕਿ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਮੌਸਮ ਦੀ ਖਰਾਬੀ ਆ ਤੇ ਕਿਸਾਨਾਂ ਦੇ ਉੱਤੇ ਹੀ ਬੜੇ ਸਵਾਲ ਉੱਠ ਰਹੇ ਨੇ ਕਿਉਂਕਿ ਹਰ ਕੋਈ ਕਿਸਾਨਾਂ ਦੀ ਫਿਕਰ ਕਰਦਾ ਹੈ ਕਿ ਉਹਨਾਂ ਦੀ ਫਸਲ ਦਾ ਕੀ ਬਣੂ ਗੱਲ ਇਹ ਹੈ ਕਿ ਸਾਈਲੋ ਦੇ ਵਿੱਚ ਜਿਹੜੀ ਕਣਕ ਜਮਾ ਕੀਤੀ ਜਾ ਰਹੀ ਹੈ ਜਾਂ ਟਰਾਲੀਆਂ ਪਰ ਪਰ ਉਧਰ ਨੂੰ ਜਾ ਰਹੀਆਂ ਕਈ ਕਿਸਾਨ ਇਹ ਤੇ ਉਜਰ ਵੀ ਕਰ ਰਹੇ ਨੇ ਕਿ ਜਦੋਂ ਤਾਂ ਮੋਦੀ ਸਰਕਾਰ ਨੇ ਕਿਹਾ ਖਡਾਨੀ ਵਾਲੇ ਪਾਸੇ ਤੁਰੋ ਜਾਂ ਕਾਰਪੋਰੇਟ ਦੀ ਗੱਲ ਕੀਤੀ ਤੇ ਤੁਸੀਂ ਉਹ ਬਹੁਤ ਵੱਡੇ ਵੱਡੇ ਨਾਰੇ ਲਾਏ ਚੋਰ ਚੋਰ ਕਿਹਾ ਗਿਆ ਤੇ ਅੱਜ ਤੁਹਾਨੂੰ ਕੌਣ ਪੁੱਛੇ ਅੱਜ ਕੀ ਤੁਹਾਨੂੰ ਸਵਾਲ ਕਰਨੇ ਨਹੀਂ ਬਣਦੇ ਕਿ ਕਿਸਾਨ ਕਿਹੜੇ ਪਾਸੇ ਤੋਂ ਤੁਰ ਰਹੇ ਨੇ ਹਾਲੇ ਕੱਲ ਰੇਲਾਂ ਘੇਰੀਆਂ ਜਾ ਰਹੀਆਂ ਨੇ ਜਾਂ ਆਪਣੇ ਮਸਲਿਆਂ ਨੂੰ ਲੈ ਕੇ ਕਿਸੇ ਵੇਲੇ ਵੀ ਕਿਸਾਨ ਸੜਕਾਂ ਤੇ ਆ ਜਾਂਦੇ ਨੇ ਪਰ ਜਦੋਂ ਇਹ ਕੁਝ ਹੁੰਦਾ ਸੁਖਵਿੰਦਰ ਮੈਂ ਕਿਸਾਨਾਂ ਦਾ ਦੋਸ਼ ਨਹੀਂ ਮੰਨਦਾ ਹੁਣ ਤੁਸੀਂ ਮੰਨ ਕੇ ਸੋਚ ਕੇ ਦੇਖੋ ਆਪਣੇ ਪ੍ਰੈਕਟੀਕਲ ਲੈਵਲ ਤੇ ਇੱਕ ਹੁੰਦਾ ਹੈ ਕਿ ਤੁਸੀਂ ਰਾਜਨੀਤਿਕ ਤੌਰ ਤੇ ਜਾਂ ਆਰਥਿਕ ਪਾਲਿਸੀ ਦੇ ਤੌਰ ਤੇ ਕੋਈ ਤੁਸੀਂ ਕਿਸੇ ਚੀਜ਼ ਦੀ اپੋਜੀਸ਼ਨ ਕਰਦੇ ਸਾਨੂੰ ਸਾਰਿਆਂ ਨੂੰ ਪਤਾ ਕਿ ਧੂਏ ਵਾਲੀ ਗੱਡੀ ਜਿਹੜੀ ਆ ਕੋਲੇ ਵਾਲੀ ਉਹ ਹੁਣ ਤੇ ਵੈਸੇ ਬੰਦ ਹੋ ਗਈਆਂ ਛੁੱਕ ਛੁੱਕ ਕਰਦੀ ਆ ਤੇ ਬਹੁਤ ਪੋਲਿਊਸ਼ਨ ਕਰਦੀ ਹੈ। ਇਹੋ ਜਿਹਾ ਬੰਦਾ ਕਿਹੜਾ ਹਿੰਮਤੀ ਹੋਊਗਾ ਕਿ ਜੇ ਇੱਕ ਪਾਸੇ ਨੂੰ ਗੱਡੀ ਇੱਕੋ ਜਾਂਦੀ ਹੋਵੇ ਤੇ ਤੁਸੀਂ 2000 ਕਿਲੋਮੀਟਰ ਜਾਣਾ ਤੇ ਉਹ ਹੁਣ ਧੂਆ ਵੇਖੂਗਾ ਕਿ ਉੱਥੇ ਪਹੁੰਚਣ ਦਾ ਆਪਣੀ ਦੇਖੂਗਾ। ਉਹ ਜੇ ਉਹਨੂੰ ਪੁੱਛੋਗੇ ਕਿ ਗੱਡੀ ਮਾੜੀ ਆ ਉਹ ਕਹੂਗਾ ਬਹੁਤ ਮਾੜੀ ਆ। ਫਿਰ ਕਹੂਗਾ ਵੇਚ ਕੇ ਬਿਠੇ ਕਿਉਂਕਿ ਹੋਰ ਗੱਡੀ ਕੋਈ ਜਾਂਦੀ ਨਹੀਂ। ਇਸ ਲਈ ਇਹ ਜਿਹੜੇ ਕਿਸਾਨ ਹੈਗੇ ਆ ਜਿਨ੍ਹਾਂ ਦੀਆਂ 2-2 4-4 5-5 ਏਕੜ ਆ ਕੋਈ ਵੱਡੇ ਵੀ ਹੋ ਸਕਦੇ ਮੈਂ ਨਹੀਂ ਇਹ ਕਹਿੰਦਾ ਐਸ ਵੇਲੇ ਬਾਹਰ ਹਾਲਾਤ ਬਣਿਆ ਵੀ ਦਾਣਾ ਜਿੱਥੇ ਵੀ ਸੁੱਟਿਆ ਜਾ ਸਕਦਾ ਧੜਾ ਧੱਡ ਸੁੱਟ ਦੋ ਪੈਸੇ 'ਚ ਕਨਵਰਟ ਹੋ ਜੇ ਜੇ ਮੀਂਹ ਪੈ ਗਿਆ ਤੇ ਪਤਾ ਨਹੀਂ ਇਹ ਦਾਣਾ ਬਚਣਾ ਕਿ ਨਹੀਂ ਬਚਣਾ ਸਹੀ ਗੱਲ ਪਰ ਜੇ ਉਨ੍ਹਾਂ ਹੀ ਕਿਸਾਨਾਂ ਨੂੰ ਜਿਹੜੇ ਉੱਥੇ ਦਾਣੇ ਸੁੱਟ ਕੇ ਆਏ ਆ ਉਹਨਾਂ ਨਾਲ ਇੰਟਰਵਿਊ ਕਰੋਗੇ ਉਹਨਾਂ ਦਾ ਸਟੈਂਡ ਪੁੱਛੋਗੇ ਤੇ ਉਹ ਕਹਿਣਗੇ ਬਿਲਕੁਲ ਮੰਡੀ 'ਚ ਪਚਣੀ ਚਾਹੀਦੀ ਆ ਮੰਡੀਕਰਨ ਹੋਣਾ ਚਾਹੀਦਾ ਸਵਾਲ ਇਹ ਹੈ ਕਿ ਉਹ ਥੋੜਾ ਬਹੁਤ ਮੈਨੂੰ ਲੱਗਦਾ ਚਾਰ ਪੈਸੇ ਵੱਧ ਵੀ ਦਿੰਦੇ ਆ ਤਰੰਤ ਵੀ ਦਿੰਦੇ ਆ ਤੇ ਉਹਨਾਂ ਦਾ ਸਿਸਟਮ ਵੀ ਇੱਕ ਕਾਰਪੋਰੇਟ ਲੈਵਲ ਦਾ ਵੱਡਾ ਸਿਸਟਮ ਹੈਗਾ ਔਰ ਐਸ ਵਾਰੀ ਕਣਕ ਜਿਹੜੀ ਆ ਸਟੋਗ ਗੋਡਾਊਨਾਂ ਚ ਜਾਣ ਦੀ ਜਗਾ ਸਿੱਧਾ ਹੀ ਗੱਡੀਆਂ ਚ ਪਾਈ ਤੁਰੇ ਜਾਂਦੇ ਆ ਇੱਥੋਂ ਲਗਾਤਾਰ ਟਰਾਂਸਪੋਰਟ ਬਾ ਦੂਜੇ ਸੂਬਿਆਂ ਨੂੰ ਹੋ ਰਹੀ ਆ ਜਿਵੇਂ ਕਿ ਪਹਿਲਾਂ ਅਨਾਉਂਸ ਕੀਤਾ ਗਿਆ ਸੀ ਇਸ ਕੀ ਦਾਣੇ ਇੱਥੇ ਸਟੋਰ ਨਹੀਂ ਹੋਣਗੇ ਉਦੋਂ ਨਾ ਪੱਲੇਦਾਰਾ ਲੱਗ ਤਾਂ ਗਿਆ ਉਹਨਾਂ ਨੇ ਆਪਣੇ ਨਾਰੇ ਮਾਰਨੇ ਸ਼ੁਰੂ ਕਰਤੇ ਆ ਕਿ ਸਾਡੀ ਤੇ ਮਜ਼ਦੂਰੀ ਕੱਟੀ ਗਈ ਅਸੀਂ ਹੁਣ ਕੀ ਕਰੀਏ ਇਹ ਕਾਫੀ ਪਚੀਦਾ ਮਾਮਲਾ ਬਣਿਆ ਕੱਲਾ ਇਹੀ ਨਹੀਂ ਕਿਸਾਨਾਂ ਦਾ ਜਾਂ ਮੰਡੀ ਬੋਰਡ ਦਾ ਜਾਂ ਮੰਡੀ ਕਰਨ ਦਾ ਕੀ ਬਣੂਗਾ ਆੜਤੀਆਂ ਦਾ ਕੀ ਬਣੂਗਾ ਸਾਰਾ ਹੀ ਉਥਲ ਪੁਥਲ ਹੋ ਰਿਹਾ ਇਸੇ ਕਰਕੇ ਮੈਂ ਕਹਿੰਦਾ ਕਿ ਇੱਕ ਮੈਂ ਹੋਰ ਵੀਡੀਓ ਚ ਸ਼ਾਇਦ ਆਪਣੀ ਵੀਡੀਓ ਚੀਜ਼ੀ ਕਈ ਜਗ੍ਹਾ ਜਾਣਾ ਪੈਂਦਾ ਤੇ ਮੈਂ ਇਹ ਗੱਲ ਇਹ ਸਲਾਹ ਹੈ ਕਿ ਕਿਸਾਨ ਵੀਰ हां वो मैं किसी और चैनल पे कह रहा semisimple याद आ गया कि ਕਿਸਾਨਾਂ ਨੂੰ ਸਿਰਫ ਜਿਹੜਾ ਨਾ ਕਿ ਜਦੋਂ ਕੋਈ ਤੁਹਾਡੇ ਤੇ ਆਫਤ ਪੈਂਦੀ ਹੈ ਜਾਂ ਕੋਈ ਬਿਜਲੀ गिरਦੀ ਹੈ ਕੋਈ ਬੱਜ ਗਿਰਦੀ ਹੈ ਤੇ ਉਦੋਂ ਹੀ ਆਪਾਂ ਆਪਾਂ ਫਟਾਫਟ ਲੋ ਵੀ ਕਸੋਂ ਕਮਰ ਕਸੇ ਭਰ ਲੋ ਟਰਾਲੀਆਂ ਬਹਿ ਜੋ ਨਾਕਿਆਂ ਤੇ ਬਹਿ ਜੋ ਰੇਲਵੇ ਟਰੈਕ ਤੇ ਚਲੋ ਦਿੱਲੀ ਦਿੱਲੀ ਪਹੁੰਚ ਗਏ ਇੰਜ ਇੱਕ ਲੈਵਲ ਤੇ ਠੀਕ ਸੀਗਾ ਉਨਾ ਅਗਲਾ ਸਟੈਪ ਸਾਡੀਆਂ ਕਿਸਾਨ ਯੂਨੀਅਨਾਂ ਨੂੰ ਖੋਦ ਲੈਣਾ ਪਊ ਸਰਕਾਰਾਂ ਨਹੀਂ ਚਾਹੁੰਦੀਆਂ ਸਰਕਾਰਾਂ ਕਾਰਪੋਰੇਟਾਂ ਨਾਲ ਰਲੀਆਂ ਹੋਈਆਂ ਕੁਝ ਸਿੱਧੇ ਤੌਰ ਤੇ ਕੁਝ ਅਸਿੱਧੇ ਤੌਰ ਤੇ ਚੁੱਪ ਰਹਿ ਕੇ ਉਹਨਾਂ ਨੂੰ ਜੋ ਕਰਦੇ ਉਹ ਕਰਨ ਦਿੰਦੀਆਂ ਆ ਜਾਂ ਇਹ ਥੱਲੇ ਲੁਕੇ ਢੰਗ ਨਾਲ ਉਹਨਾਂ ਦੀ ਮਦਦ ਕਰਦੀਆਂ ਤੇ ਇਸ ਲਈ ਕਿਸਾਨਾਂ ਦਾ ਆਪਣਾ ਹਿੱਤ ਹੈ ਕਿ ਪਿੰਡ ਬਚੇ ਰਹਿਣ ਜ਼ਮੀਨਾਂ ਬਚੀਆਂ ਰਹਿਣ ਉਹਨਾਂ ਦਾ ਇੱਕ ਰੁਤਬਾ ਜ਼ਮੀਨ ਨਾਲ ਜਿਹੜਾ ਜੁੜਿਆ ਉਹ ਬਚਿਆ ਰਹੇ ਤੇ ਇਹਨਾਂ ਨੂੰ ਚੰਗੇ ਐਕਸਪਰਟਾਂ ਨਾਲ ਮਿਲ ਕੇ ਪਮੇ ਪਾਵੇਂ ਉਹ ਫਾਰਮੈਸ ਕਮਿਸ਼ਨ ਹੈ ਸਕਪਾਲ ਹਣੀ ਉਥੇ ਡਾਕਟਰ ਇਕਨੋਮਿਸਟ ਹੈਗੇ ਆ ਹੋਰ ਐਗਰੀਕਲਚਰ ਯੂਨੀਵਰਸਿਟੀ ਤੋਂ ਬਹੁਤ ਐਕਸਪਰਟ ਹੈਗੇ ਉਹ ਆਮ ਕਿਸਾਨਾਂ ਦੇ ਘਰਾਂ ਚੋਂ ਇੱਥੇ ਮੈਂ ਜਾਣਦਾ ਬਲਵਿੰਦਰ ਸਿੱਧੂ ਜਿਹੜੇ ਕਮਿਸ਼ਨਰ ਐਗਰੀਕਲਚਰ ਬਹੁਤ ਪੜੇ ਲਿਖੇ ਆ ਹਮੇਸ਼ਾ ਉਹ ਆ ਪਿਛਲੇ ਕਿਸਾਨਾਂ ਦੇ ਜਿਹੜਾ ਚੱਲੀ ਸੀ ਸਾਰੀ ਮੂਵਮੈਂਟ ਉਹ ਕਿਸਾਨਾਂ ਦੇ ਵਿੱਚ ਮਿਡਲਮੈਨ ਦੇ ਤੌਰ ਤੇ ਬੜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਖੇਤੀ ਕੋਈ ਸਮਝੌਤਾ ਵਧੀਆ ਕਿਸਾਨਾਂ ਦੇ ਹੱਕ ਚ ਹੋ ਜਾਏ ਇਹ ਬੰਦਿਆਂ ਨੂੰ ਨਾਲ ਲੈ ਕੇ ਇੱਕ ਪਾਲਿਸੀ ਦੇਣੀ ਚਾਹੀਦੀ ਹੈ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ ਔਰ ਉਹਦਾ ਕਿੰਨਾ ਪੈਸਾ ਖਰਚ ਹੋਊਗਾ ਇੱਕ ਪੂਰੀ ਪਲੈਨਿੰਗ ਜਿਹੜੀ ਕਹਿੰਦੇ ਹਨ ਕਿ ਅਸੀਂ ਖੇਤੀਬਾੜੀ ਦੀ ਨੀਤੀ ਲੈ ਕੇ ਆ ਰਹੇ ਹਾਂ ਬੜੇ ਤਕੜੀ ਨੀਤੀ ਲੈ ਆ ਰਹੇ ਉਹ ਸਰਕਾਰਾਂ ਉਹ ਨੀਤੀਆਂ ਅਸੀਂ 30 ਸਾਲ ਹੋ ਗਏ ਦੇਖਦੇ ਹਾਂ ਉਹ ਬਣਦੀਆਂ ਰਹਿੰਦੀਆਂ ਪਈਆਂ ਰਹਿੰਦੀਆਂ ਟਾਈਮ ਨਿਕਲ ਜਾਂਦਾ ਉਹ ਨੀਤੀਆਂ ਲਾਗੂ ਨਹੀਂ ਹੁੰਦੀਆਂ ਇਹ ਨੀਤੀ ਵੀ ਦੇਖ ਲੈਣ ਸਰਕਾਰ ਦੀ ਨੀਤੀ ਵੀ ਦੇਖ ਲੈਣ ਪਰ ਕਿਸਾਨ ਆਪਣੀ ਜਿਹੜੀ ਨੀਤੀ ਹੈ ਜਿਹੜੀ ਪੁਖਤਾ ਨੀਤੀ ਆ ਜਿਹਦੇ ਵਿੱਚ ਪਾਕਿਸਤਾਨ ਨਾਲ ਸੈਂਟਰਲ ਏਸ਼ੀਆ ਨਾਲ ਬਾਰਡਰ ਖੋਲਣਾ ਹੋਰ ਸਾਰੀਆਂ ਸਹੂਲਤਾਂ ਤੁਰੰਤ ਉਹਨਾਂ ਨੂੰ ਅਗਲੇ 2-4 ਮਹੀਨਿਆਂ 'ਚ ਬੈਠ ਕੇ ਇੱਕ ਚੰਗੀ ਨੀਤੀ ਜਿਹੜੀ ਆ ਉਹ মিডিਆ 'ਚ ਲਿਆ ਕੇ ਵੀ ਦੇਣੀ ਚਾਹੀਦੀ ਆ ਲੋਕਾਂ 'ਚ ਪ੍ਰਚਾਰਨੀ ਵੀ ਚਾਹੀਦੀ ਆ ਔਰ ਨਾਲੋਂ ਨਾਲ ਮੇਰਾ ਖਿਆਲ ਪੰਜਾਬ ਗਵਰਨਮੈਂਟ ਤੇ ਕੇਂਦਰੀ ਸਰਕਾਰ ਨੂੰ ਦੇਣੀ ਚਾਹੀਦੀ ਆ ਉਦੋਂ 'ਚ ਹਰਿਆਣੇ ਵਾਲਿਆਂ ਨੂੰ ਪੱਛਮੀ ਯੂਪੀ ਵਾਲਿਆਂ ਨੂੰ ਸ਼ਾਮਲ ਕਰਨਾ ਚਾਹੀਦਾ ਤਾਂ ਕਿ ਇਸ ਰੀਜਨ ਦਾ ਜਿਹੜਾ ਬਹੁਤ ਹੀ ਫਰਟਾਈਲ ਜੁਵਨ ਆ ਬੜੀ ਉਪਜਾਊ ਜ਼ਮੀਨ ਆ ਜਿੱਥੇ ਔਰ ਜਿੱਥੇ ਅਸੀਂ ਬਹੁਤ ਵੱਡਾ ਅਨਾਜ ਦਾ ਕਟਾ ਦੇਸ਼ ਲਈ ਪੂਰਾ ਕਰ ਸਕਦੇ ਆ ਜਾਂ ਫਲਾਂ ਦਾ ਜਾਂ ਸਬਜ਼ੀਆਂ ਦਾ ਜਾਂ ਫੁੱਲਾਂ ਦਾ ਜਾਂ ਐਕਸਪੋਰਟ ਕਰ ਸਕਦੇ ਆ ਹਾਰਡ ਕਰੰਸੀ ਦੇਸ਼ ਲਈ ਅਸੀਂ ਲੈ ਆ ਸਕਦੇ ਆ ਉਹ ਸਾਰੀਆਂ ਚੀਜ਼ਾਂ ਦਾ ਇੱਕ ਇਕੱਠੇ ਕਿਸਾਨ ਤੇ ਐਕਸਪਰਟ ਬੈਠ ਕੇ ਇੱਕ ਬਲੂਪ੍ਰਿੰਟ ਤਿਆਰ ਕਰਨ ਦੀ ਲੋੜ ਆ ਨਹੀਂ ਤੇ ਉਹ ਸਾਡੇ ਤੇ ਹਮਲਾ ਕਰ ਹੀ ਜਾਣਗੇ ਅਸੀਂ ਰਿਐਕਟ ਕਰ ਹੀ ਜਾਵਾਂਗੇ ਅਸੀਂ ਇੱਕ ਇੱਕ ਖਾਸ ਪੱਧਰ ਤੋਂ ਉੱਪਰ ਉੱਠ ਕੇ ਲੜਾਈ ਨੂੰ ਪ੍ਰੋਐਕਟਿਵ ਨਹੀਂ ਬਣਾਵਾਂਗੇ ਕਿ ਉਹਨਾਂ ਦੇ ਕਰਨ ਤੇ ਕੁਝ ਪਹਿਲਾਂ ਅਸੀਂ ਪਹਿਲਾਂ ਆਪਣਾ ਤਿਆਰੀ ਕਰਕੇ ਰੱਖੀਏ ਕਿ ਸਾਡੀਆਂ ਮੰਗਾਂ ਤੇ ਸਾਡਾ ਰਸਤਾ ਆਇਆ ਤੁਸੀਂ ਸਾਡੇ ਤੋਂ ਆ ਕਰਵਾਉਣਾ ਚਾਹੁੰਦੇ ਆ ਉਹ ਸਾਨੂੰ ਮਨਜ਼ੂਰ ਇੰਨਾ ਕਾਰਨਾ ਕਰਕੇ ਨਹੀਂ ਹੈ ਉਹ ਇੱਕ ਕੰਪਰੀਹੈਂਸਿਵ ਡਾਕੂਮੈਂਟ ਆਉਣਾ ਚਾਹੀਦਾ ਹਾਂਜੀ ਪਿਛਲੇ ਕੁਝ ਸਮੇਂ ਤੋਂ ਮਾਣਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬੇहद ਅਹਿਮ ਕੇਸਾਂ ਦੇ ਉੱਤੇ ਬਹੁਤ ਅਹਿਮੀਅਤ ਰੱਖਦੀਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਜਾਂ ਕੇਂਦਰ ਨੂੰ ਸ਼ੀਸ਼ਾ ਦਿਖਾਉਂਦੀਆਂ ਨੇ ਜਾਂ ਲੋਕਾਂ ਦੇ ਵਿੱਚ ਇੱਕ ਭਰੋਸਾ ਬਣਾਉਂਦੀਆਂ ਨੇ ਕਿ ਇਨਸਾਫ ਦੀ ਆਸ ਕਦੇ ਵੀ 부ਝਦੀ ਨਹੀਂ ਬਿਲਕਿਸਤ ਬਾਨੋ ਦਾ ਮਸਲਾ ਤੇ ਦੂਜਾ ਇਹ ਹੈ ਕਿ ਸੇਮ ਸੈਕਟ ਉੱਤੇ ਵੀ ਕਾਫੀ ਰੌਲਾ ਰਫਾ ਪਿਆ ਹੈ ਦੇਖੋ ਇਹ ਦੋਵੇਂ ਹੀ ਅੱਜ ਮਸਲੇ ਜਿਹੜੇ ਸੁਪਰੀਮ ਕੋਰਟ ਦੇ ਸਾਰੇ ਅਖਬਾਰਾਂ ਦੀਆਂ ਹੈਡਲਾਈਨਸ ਆ ਵੱਡੀਆਂ ਸੁਰਖੀਆਂ ਇਹਨਾਂ ਦੀਆਂ ਪਹਿਲੇ ਪੇਜ ਤੇ ਟਾਪ ਔਰ ਦੋਹੀ ਹੀ ਬੜੇ ਅਹਿਮ ਮਸਲੇ ਆ ਬਿਲਕਿਸਤ ਬਾਨੋ ਵਾਲਾ ਕੇਸ ਜਿਹੜਾ ਨਾ ਪੂਰੇ ਪਰਿਵਾਰ ਨੂੰ ਮਾਰ ਦੇਣਾ ਵੈਨ ਸ਼ੀ ਵਾਸ ਪ੍ਰੈਗਨੈਂਟ ਉਹਨੇ ਬੱਚਾ ਸੀਗਾ ਉਸ ਨੂੰ ਗੈਂਗ ਰੇਪ ਕਰਨਾ ਔਰ ਉਹ ਜਿਹੜੇ ਬੰਦੇ ਸੀਗੇ ਜਿਹੜੇ ਇਹਨਾਂ ਦੇ ਦੋਸ਼ੀ 11 ਬੰਦੇ ਉਹਨਾਂ ਨੂੰ ਕਿੰਨੇ ਵੀ ਸੀ 14 ਸੀ ਸ਼ਾਇਦ 11 ਸੀ ਮੈਨੂੰ ਯਾਦ ਨਹੀਂ ਹੈ ਜਿੰਨੇ ਵੀ ਸੀਗੇ ਉਹਨਾਂ ਨੂੰ 11 ਸਾਲਾਂ ਬਾਅਦ ਛੱਡ ਦੇਣਾ ਤੇ ਸਰਕਾਰ ਵੱਲੋਂ ਗੁਜਰਾਤ ਸਰਕਾਰ ਵੱਲੋਂ ਛੱਡੇ ਗਏ ਆ ਔਰ ਉਹ ਸਰਕਾਰ ਵੱਲੋਂ ਇਹ ਕਹਿ ਕੇ ਕਿ ਇਹਨਾਂ ਦਾ ਕੰਡਕਟ ਬਹੁਤ ਚੰਗਾ ਇਸ ਕਰਕੇ ਇਹੋ ਜਿਹੇ ਜਿਹੜੇ شریف ਬੰਦੇ ਆ ਉਹ ਛੇਤੀ ਬਾਹਰ ਜਾਣੇ ਚਾਹੀਦੇ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਲਟਾੜਿਆ ਆ ਜਿਹੜੇ ਵਕੀਲ ਖੜੇ ਸੀ ਗੁਜਰਾਤ ਗਵਰਨਮੈਂਟ ਦੇ ਹੱਕ ਚ ਜਾਂ ਕੇਂਦਰੀ ਸਰਕਾਰ ਵੀ ਜੇ ਕੋਈ ਉਹਨਾਂ ਦੀ ਵਜਾਹਤ ਕਰਦੀ ਸੀ ਉਹਨਾਂ ਨੂੰ ਇਹ ਕਿਹਾ ਕਿ ਸਾਨੂੰ ਇਹ ਦੱਸੋ ਕਿ ਇਸ ਨੂੰ ਤੁਸੀਂ 302 ਦੇ ਆਰਡੀਨਰੀ ਮਰਡਰਾਂ ਦੇ ਨਾਲ ਲੈਣੇ ਆ ਇੱਕ ਬਹੁਤ ਵੱਡਾ ਸੀਰੀਅਸ ਕਰਾਈ ਮੈਂ ਤੇ ਤੁਸੀਂ ਇਸ ਨੂੰ ਕਿਵੇਂ ਕਹਿ ਸਕਦੇ ਆ ਕਿ ਇਹਨਾਂ ਦਾ ਕੰਡਕਟ ਠੀਕ ਸੀ ਤੇ ਇਸ ਕਰਕੇ ਇਹਨਾਂ ਨੂੰ ਦੂਜਿਆਂ ਮਰਡਰਰ ਵਾਂਗੂ ਕਾਤਲਾ ਵਾਂਗੂ ਅਸੀਂ ਇਹਨਾਂ ਨੂੰ ਛੱਡ ਦਿੱਤਾ ਇਹ ਬਿਲਕੁਲ ਇੱਕ ਤੁਹਾਡੀ ਇਹ 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 ਲਾਅ ਦੀ ਬਿਲਕੁਲ ਗਲਤ ਵਿਆਖਿਆ ਹੈਗੀ ਦੂਜਿਆਂ ਨੇ ਕਿਹਾ ਕਿ ਇਹ ਕਿਹੜਿਆ ਅਸੂਲ ਹੈਗਾ ਕਿ ਉਹ ਬੰਦਿਆਂ ਨੂੰ ਕਿਸੇ ਨੂੰ 150 ਦਿਨ ਬਾਹਰ ਛੁੱਟੀ ਕਿਸੇ ਨੂੰ 1100 ਦਿਨ ਛੁੱਟੀ ਕਿਸੇ ਨੂੰ ਤੁਸੀਂ 1000 ਦਿਨ ਦੀ ਛੁੱਟੀ ਮਤਲਬ 11 ਸਾਲਾਂ ਚ ਵੀ ਤਿੰਨ ਤਿੰਨ ਸਾਲਾਂ ਦੀ ਸਾਢੇ ਤਿੰਨ ਤਿੰਨ ਸਾਲ ਦੀ ਜੇ ਛੁੱਟੀ ਕਰਕੇ ਪਰੋਲ ਤੇ ਰੱਖਿਆ ਤੁਹਾਨੂੰ ਉਹਨਾਂ ਦੀਆਂ ਨੇ ਮौजਾਂ ਹੀ ਲੱਗੀਆਂ ਰੀਆਂ ਕਿਹੜੀ ਸਜ਼ਾ ਉਹਨਾਂ ਨੂੰ ਮਿਲੀ ਵੀ ਐਡੇ ਵੱਡੇ ਕ੍ਰਾਈਮ ਦੀ ਇਸ ਲਈ ਪ੍ਰੀਮ ਕੋਰਟ ਦਿੱਤੇ ਵਰ ਤਿੱਖੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀਆਂ origignal file ਆ ਜਿਨ੍ਹਾਂ ਦੇ ਆਧਾਰ ਤੇ ਉਹਨਾਂ ਨੂੰ ਛੱਡਣ ਦਾ ਫੈਸਲਾ ਕੀਤਾ ਗਿਆ ਉਹ ਫਾਈਲਾਂ ਸਾਨੂੰ ਦਿੱਤੀਆਂ ਜਾਣ ਤਾਂ ਸੁਖਵਿੰਦਰ ਇਸ ਗੱਲ ਤੇ ਬੜੇ ਡਰੇ ਹੋਏ ਆ ਜਾਂ ਇਹ ਕਹਿ ਲੋ ਕਿ ਬੜੇ ਪੈਰ ਖਿਚਰੇ ਲੱਤਾਂ ਖਿਚਰੇ ਆ ਸਰਕਾਰ ਯੂਪੀ ਦੀ ਵੀ ਉਹਨਾਂ ਦੇ ਕਿਉਂਕਿ ਉੱਥੇ ਵੀ ਬੀਜੇਪੀ ਦੀ ਸਰਕਾਰ ਆ ਹੋਣੀ ਚੁਣ ਕੇ ਬੜੀ ਵੱਡੀ ਮੈਜੋਰਿਟੀ ਨਾਲ ਆਏ ਆ ਤੇ ਕੇਂਦਰ ਦਾ ਥਾਪੜਾ ਨਾਲ ਹੋਊਗਾ ਹੀ ਹੋਊਗਾ ਇਸ ਲਈ ਜਦੋਂ ਇਹ ਗੱਲ ਚੱਲੀ ਤੇ ਹੁਣ ਗੱਲ ਇਹ ਚੱਲ ਰਹੀ ਆ ਕਿ ਅਸੀਂ ਐਸ ਕਮੈਂਟ ਨੂੰ ਹੀ ਆ ਇੱਕ ਚੈਲੰਜ ਕਰਾਂਗੇ ਕਿ ਨਹੀਂ ਅਸੀਂ ਫਾਈਲਾਂ ਦੀ ਕੋਈ ਲੋੜ ਨਹੀਂ ਆ ਅਸੀਂ ਇਸ ਫੈਸਲੇ ਨੂੰ ਅੱਜ ਦਾ ਜਿਹੜਾ ਸੁਪਰੀਮ ਕੋਰਟ ਕਹਿ ਰਹੀ ਆ ਅਸੀਂ ਇਸ ਨੂੰ ਚੁਣੌਤੀ ਦੇਾਂਗੇ ਕੋਈ ਫਾਈਲਾਂ ਨਹੀਂ ਇਹਦਾ ਮਤਲਬ ਇਹ ਆਉਣ ਵਾਲੇ ਸਮੇਂ 'ਚ ਇਹ ਵੀ ਰਸਾ ਖਸੀ ਦਾ ਇੱਕ ਬਣੂਗਾ ਪਰ ਇਸ ਗੱਲ ਦਾ ਸਾਨੂੰ ਸਾਰਿਆਂ ਵੱਲੋਂ ਜਿਨ੍ਹਾਂ ਨੇ ਗੋਦਰਾ دیے ਜਿਹੜਾ ਇਹੋ ਇਹੋ ਜਿਹੇ ਵੱਡੇ ਪੱਦਰ ਤੇ ਮੈਸੇ ਕਰ ਦੇਖਿਆ اور بہت ہی شرਮਿੰਦਾ ਹੋਣ ਵਾਲੀ ਮਾਨਵਤਾ ਨੂੰ ਸ਼ਰਮਿੰਦਾ ਕਰਨ ਵਾਲੇ ਉਹ क्राइम ਸੀਗੇ ਅਗਜ਼ਨੀ ਮਾਰਨਾ ਰੇਪ ਕਰਨਾ ਕੋਈ ਅਸੀਂ ਤੇ ਚੱਲਿਆ ਆਇਆ ਸੰਨ ਤੇ ਪਤਾ ਜਦੋਂ 1947 ਦੇ ਵਿੱਚ ਸਾਡੇ ਨਾਲ ਇੱਥੇ ਹੋਇਆ ਸੀ ਉਸੇ ਹੀ ਕਿਸਮ ਦਾ ਗੋਦਰਾ ਵਾਲਾ ਸਾਰਾ ਕੋ ਜੋ ਕਾਂਡ ਸੀਗਾ ਤੇ ਸੁਖਵਿੰਦਰ ਜੀ ਇੱਥੇ ਸੁਪਰੀਮ ਕੋਰਟ ਨੇ ਡਾਟ ਕੇ ਉਸ ਬਿਲਕੀ ਜ਼ਬਾਨੋਂ ਦੇ ਹੱਕ ਵਿੱਚ ਇਹ ਫੈਸਲਾ ਲਿਆ ਤੁਸੀਂ ਸੋਚ ਕੇ ਦੇਖੋ ਕਿ ਜੇ ਦਾ ਕੋਈ ਅੱਜ ਵਾਲੀ ਵਾਰਸ ਨਾ ਹੋਵੇ ਤੇ ਜਦੋਂ ਸੁਪਰੀਮ ਕੋਰਟ ਕਹੇ ਕਿ ਨਹੀਂ ਇਹਨਾਂ ਨੂੰ ਨਹੀਂ ਸੀ ਛੱਡਣਾ ਚਾਹੀਦਾ ਇੰਜ ਆ ਕੇ ਜਦੋਂ ਚਾਰੇ ਪਾਸੇ ਹਨੇਰਾ ਹੋਵੇ ਇੱਕ ਟਿਮਟਮਾਉਂਦੀ ਰੋਸ਼ਨੀ ਉਹਨੇ ਉਹ ਕਿੰਨੀ ਉਮੀਦ ਉਸ ਪਰਿਵਾਰ ਨੂੰ ਬਿਲਕਿਸਤਾਨ ਨੂੰ ਤੇ ਸਮੁੱਚੇ ਉਹ ਇਨਸਾਫ ਪਸੰਦ ਲੋਕਾਂ ਨੂੰ ਉਹ ਕਿਸੇ ਧਰਮ ਕਿਸੇ ਮਜਬਦੇ ਹੋਣ ਕਿਵੇਂ ਉਮੀਦ ਜਗਾਈ ਹੋਊਗੀ ਇਸ ਦੇਸ਼ ਦੇ ਡੈਮੋਕਰੈਟਿਕ ਸੈਟਅਪ ਦੇ ਵਿੱਚ ਤੇ ਕੋਰਟਾਂ ਤੋਂ ਇਨਸਾਫ ਦੇ ਵਿੱਚ ਇਹਦੇ ਵੱਡੇ ਰੈਪਰਕੇਸ਼ਨ ਨੇ ਛੋਟੀ ਗੱਲ ਨਾ ਉਹਨੂੰ ਲੈਣਾ ਚਾਹੀਦਾ ਦੂਜੀ ਵੀ ਆਪਣੀ ਕਿਸਮ ਦੀ ਵੱਡੀ ਇੰਪੋਰਟੈਂਟ ਅੱਜ ਜਿਹੜੀ ਗੱਲਬਾਤ ਹੋਈ ਆ ਸੁਪਰੀਮ ਕੋਰਟ ਦੇ ਵਿੱਚ ਹੁਣ ਸਾਡਾ ਜਿਹੜਾ ਸਮਾਜ ਆ ਉਹ ਸਾਨੂੰ ਇੱਕ ਖਾਸ ਕਿਸਮ ਨਾਲ ਬਚਪਨ ਤੋਂ ਸੋਚਣ ਲਈ ਐਨਕਾਂ ਦੇ ਦਿੰਦਾ ਇੰਜ ਕਹਿ ਲਓ ਕਿ ਤੁਸੀਂ ਇਸ ਫਰੇਮ ਰਾਹੀਂ ਇੰਜ ਸੋਚਣਾ ਪਹਿਲਾਂ ਤੇ ਮਾਂ ਬਾਪ ਫਿਰ ਸਕੂਲ ਕਾਲਜ ਉਦੋਂ ਬਾਅਦ ਜੇ ਕੋਈ ਰਹਿ ਜੇ ਕਸਰ ਨਾ ਕਿਸੇ ਦਾ ਮਾਰਾ ਜਾਂ ਡੰਗ ਅਜੇ ਵੀ ਸੂਈ ਮਾਰਨ ਵਾਲਾ ਬਚਿਆ ਰਹੇ ਤੇ ਧਰਮ ਤੇ ਸਿਰੇ ਹੀ ਲਾ ਦਿੰਦਾ ਐਸ ਕੇਸ ਦੇ ਵਿੱਚ ਕਿ ਜਿਹੜੇ ਇੱਕੋ ਹੀ ਸੈਕਸ ਦੇ ਮੈਰਿਜ ਕਰ ਸਕਦੇ ਆ ਲੋਕ ਸੇਮ ਸੈਕਸ ਮੈਰਿਜ ਵੀ ਉਹ ਆਪਣਾ ਸ਼ਾਦੀ ਕਰ ਸਕਦੇ ਆ ਲੜਕੀ ਲੜਕੀ ਨਾਲ ਸ਼ਾਦੀ ਕਰ ਸਕਦੀ ਆ ਮੁੰਡਾ ਮੁੰਡੇ ਨਾਲ ਸ਼ਾਦੀ ਕਰ ਸਕਦਾ ਇਹ ਕੇਸ ਸੀਗਾ ਸੁਪਰੀਮ ਕੋਰਟ ਪੇ ਕੀ ਉਹ ਮੈਰਿਜ ਕਰ ਸਕਦੇ ਆ ਪਹਿਲੀ ਗੱਲ ਤੇ ਸਾਰੇ ਧਰਮਾਂ ਵਾਲੇ ਤਿਲ ਮਿਲਾ ਗਏ ਜਾਨੀ ਇੱਕ ਇਹੋ ਜਿਹਾ ਮੁੱਦਾ ਸੀ ਜਿੱਥੇ ਹਰ ਧਰਮ ਇਕੱਠਾ ਸੀ ਹਿੰਦੂ ਸਿੱਖ ਜੂਜ਼ ਪਾਰਸੀ ਮੁਸਲਮਾਨ ਤੇ ਨੈਨੀ ਕੇਸ ਜਾਨੀ ਕਿ ਆ ਮਤਲਬ ਤੁਹਾਨੂੰ ਖਾਸ ਰੇਅਰ ਯੂਨਿਟੀ ਕਿ ਜਿਵੇਂ ਸਾਡੇ ਦੇਸ਼ ਦੇ ਵਿੱਚ ਤੇ ਧਰਮ ਦਾ ਕੋਈ ਕਿਸੇ ਨਾਲ ਬੇਤਫਾਕੀ ਤੇ ਨਫ਼ਰਤ ਹੋਵੇ ਹੀ ਨਾ ਇਸ ਕਿਸਮ ਦੀ ਯੂਨਿਟੀ ਉਹਨਾਂ ਚ ਦੇਖਣੀ ਪਈ ਵੀ ਆ ਕੰਮ ਨਹੀਂ ਹੋਣਾ ਚਾਹੀਦਾ ਪਰ ਕੋਰਟ ਨੇ ਬੜੀ ਸਿਆਣਪ ਦੇ ਨਾਲ ਉਹਨਾਂ ਨੂੰ ਕਿਹਾ ਕਿ ਜਿਹੜਾ ਪਰਸਨਲ ਲਾਅ ਆ ਜਿਹੜਾ ਸਾਡੇ ਹਰ ਧਾਰਮਿਕ ਰਿਚੁਅਲਸ ਦੇ ਨਾਲ ਅਸੀਂ ਸ਼ਾਦੀ ਕਰਦੇ ਨਾਲ ਅਸੀਂ ਉਹਦੇ ਵਿੱਚ ਜਾ ਹੀ ਨਹੀਂ ਰਹੇ ਅਸੀਂ ਤੇ ਜਿਹੜਾ ਸਪੈਸ਼ਲ ਮੈਰਿਜ ਐਕਟ ਲੱਗ ਬਣਿਆ ਜਿਹੜਾ ਕਿ ਕੋਈ ਵੀ ਧਰਮ ਦਾ ਜਾਤ ਦਾ ਬੰਦਾ ਜੇ ਕੋਈ ਧਰਮ ਉਹਨੂੰ ਨਹੀਂ ਸ਼ਾਦੀ ਕਰ ਦਿੰਦਾ ਤੇ ਕੋਰਟ ਚ ਆ ਕੇ ਆਪਣੀ ਮੈਰਿਜ ਰਜਿਸਟਰ ਕਰ ਸਕਦਾ ਜਿਵੇਂ 99 ਕਪਲ ਆ ਫਾਰ ਇਗਜ਼ੈਂਸ ਨਹੀਂ ਉਹਨਾਂ ਦੇ ਮਾਪੇ ਸ਼ਾਦੀ ਕਰਦੇ ਉੱਥੇ ਆ ਕੇ ਆਪਣੀ ਸ਼ਾਦੀ ਅਡਲਟ ਜਿਹੜੇ ਰਜਿਸਟਰ ਕਰ ਸਕਦੇ ਆ ਇੰਨੇ ਕ ਅਧਿਕਾਰ ਉਹਨਾਂ ਨੂੰ ਦਿੱਤਾ ਪਰ ਮੈਂ ਬਾਈ ਚਾਂਸ ਤੁਹਾਨੂੰ ਇੱਥੇ ਦੱਸ ਦਿਆਂ ਕਿ ਜਿਹੜੀ ਸੀਆਰਪੀਸੀ ਦੀ 377 ਕਲਾਜ ਹੈਗੀ ਆ ਉਹਦੇ ਤਹਿਤ ਪਹਿਲਾਂ ਹੁਣ ਨਹੀਂ ਪਹਿਲਾਂ ਸੇਮ ਸੈਕਸ ਦੇ ਮੈਰਿਜ ਨੂੰ ਜਾਂ ਇਕੱਠੇ ਰਹਿਣ ਨੂੰ ਕ੍ਰਿਮੀਨਲ ਕਰਾਰ ਦਿੱਤਾ ਗਿਆ ਹੋਇਆ ਸੀ ਹੁਣ ਇੱਕ ਕੇਸ ਇਹੋ ਜਿਹਾ ਆਇਆ ਸੀ ਉਹਦੇ ਕੇਸ ਦੇ ਵਿੱਚ ਉਹ ਕ੍ਰਿਮੀਨਲ ਤੇ ਹਟ ਗਿਆ ਉਹਨੂੰ ਕਰਾਇਮ ਵੀ ਨਹੀਂ ਮੰਨਦੇ ਹੁਣ ਪਰ ਸ਼ਾਦੀ ਕਰਨੀ ਕਰਨੀ ਫਾਰਮੂਲਾਈਜ਼ ਹੋਣ ਦੇਣੀ ਕਿ ਨਹੀਂ ਹੋਣ ਦੇਣੀ ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਆ ਮੈਂ ਦੇ ਕਹਿੰਨਾ ਕਿ ਸਾਡੇ ਬੰਦਿਆਂ ਨੂੰ ਇਹ ਸਮਝਣਾ ਚਾਹੀਦਾ ਤਨ ਪਤਾ ਕਿ ਕਈ ਕਲਰ ਬਲਾਈਂਡ ਹੁੰਦੇ ਆ ਉਹਨਾਂ ਨੂੰ ساری ਉਮਰ ਉਹ ਰੰਗ ਦਿਖਦੇ ਹੀ ਨਹੀਂ ਕਿਉਂਕਿ ਉਹਨਾਂ ਦਾ ਅੱਖਾਂ ਦਾ ਲੈਂਸ ਇਹੋ ਜਿਹਾ ਹੁੰਦਾ ਜਿਹੜੀ ਸਾਡੀ ਚੀਜ਼ ਸੈਗਰੀਗੇਟ ਕਰਦੀ ਰੰਗਾਂ ਨੂੰ ਉਹਨਾਂ ਚ ਕੋਈ ਚੀਜ਼ ਮਿਸਿੰਗ ਹੁੰਦੀ ਹੈ ਜਿਸ ਕਰਕੇ ਉਹ ਪੰਜ ਕਲਰ ਦੇਖਦੇ ਆ ਦੋ ਦੇਖ ਹੀ ਨਹੀਂ ਪਾਉਂਦੇ ਇਸੇ ਤਰੀਕੇ ਨਾਲ ਹੁਣ ਮੈਂ ਆਪਣੀ ਐਗਜ਼ੈਂਪਲ ਦੱਸਦਾ ਕਿ ਮੈਂ ਬਾਈ ਬਰਥ ਲੈਫਟੀ ਸੀਗਾ ਖੱਬਾ ਸੀਗਾ ਸਮਾਜਿਕ ਸਮਾਜ ਦੇ ਅੰਦਰ ਉਹਨਾਂ ਦੇ ਨਾਲ ਚ ਇਹ ਬੜਾ ਬੁਰਾ ਮੰਨਿਆ ਜਾਂਦਾ ਸੀ ਕਿ ਖੱਬੂ ਕਿੱਥੋਂ ਜਾ ਮਿਲਿਆ ਇਹਨਾਂ ਨੇ ਕਿ ਖੱਬੇ ਹੱਥ ਨਾਲ ਲਿਖਿਆ ਕਰੂ ਹੁਣ ਇਹ ਖੱਬੇ ਹੱਥ ਨਾਲ ਖਾਇਆ ਕਰੂ ਇਹ ਤੇ ਸਾਡੇ ਸਾਰੇ ਟੱਬਰ ਦਾ ਨੱਕ ਵਡਾ ਦਊਗਾ ਮੇਰੇ ਪਿਓ ਨੇ ਮਾਰ ਮਾਰ ਕੇ ਮੈਨੂੰ ਸੱਜਾ ਕਰਤਾ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਮੈਂ ਸੱਜੇ ਨਾਲ ਲਿਖਦਾ ਤੇ ਹੈ ਪਰ ਮੈਂ ਖੱਬੇ ਨਾਲ ਵੀ ਕਿਉਂਕਿ ਮੈਨੂੰ ਰੱਬ ਨੇ ਖੱਬੇ ਨਾਲ ਭੇਜਿਆ ਸੀ ਤੇ ਮੈਂ ਖੱਬੇ ਨਾਲ ਵੀ ਉਨਾ ਹੀ ਕੰਮ ਕਰ ਲੈਣਾ ਬਹੁਤ ਸਾਰਾ ਕੰਮ ਅਜੇ ਵੀ ਭਾਂਡੇ ਧੋਣੇ ਹੋਣ ਮਾਂਜਣੇ ਹੋਣ ਕਰਦੇ ਤੇ ਮੈਂ ਖੱਬੇ ਨਾਲ ਮਾਂਜਦਾ ਇਹ ਮੈਂ ਆਪ ਨੋਟ ਕੀਤਾ ਕਿ ਉਹ ਮੇਰਾ ਜਿਹੜਾ ਬ੍ਰੇਨ ਦਾ ਆਹ ਸਾਈਡ ਆ ਜਿਹੜਾ ਖੱਬੇ ਨੂੰ ਕੰਟਰੋਲ ਕਰਦੀ ਆਪੋਜ਼ਿਟ ਬ੍ਰੇਨ ਦਾ ਆਪੋਜ਼ਿਟ ਸਾਈਡ ਕੰਟਰੋਲ ਕਰਦੀ ਉਹ ਬਾਈ ਬਰਥ ਐਕਟੀਵੇਟਡ ਹੋਣ ਚ ਸੀਗਾ ਉਸ ਨੂੰ ਅਸੀਂ ਜ਼ਬਰਦਸਤੀ ਜ਼ੁਲਮ ਕਰਕੇ ਬ੍ਰੇਨ ਦੇ ਸੌਫਟਵੇਅਰ ਨੂੰ ੱੱਕੇ ਨਾਲ ਦੂਜੇ ਪਾਸੇ ਲੈ ਗਏ ਖੈਰ ਇਸੇ ਤਰੀਕੇ ਨਾਲ ਕਈ ਬੰਦੇ ਸਰੀਰ ਉਹਨਾਂ ਦਾ ਇਹ ਇਹ ਸੁਪਰੀਮ ਕੋਰਟ ਚ ਬਹਿਸਾਂ ਹੋਈਆਂ ਗੱਲ ਮੈਂ ਉਹਦੀ ਗੱਲ ਕਰ ਰਿਹਾ ਸਰੀਰ ਉਹਨਾਂ ਦਾ ਬਿਲਕੁਲ ਬੰਦੇ ਵਾਲਾ ਪਰ ਉਹਨਾਂ ਦੇ ਅੰਦਰ ਆਤਮਾ ਔਰਤ ਦੀ ਹੈ ਉਹਨਾਂ ਦਾ ਕਿਸੇ ਬੰਦੇ ਨੂੰ ਰਹਿਣ ਨੂੰ ਨਹੀਂ ਜੀ ਕਰਦਾ ਮੈਂ ਯੂਨੀਵਰਸਿਟੀ ਦੇ EMPLOYE پنجاب ਯੂਨੀਵਰਸਿਟੀ ਦੇ EMPLOYE ਨੂੰ ਜਾਣਦਾ ਜਿਹਨੇ ਪਬਲੀਕਲੀ ਸਾਡੇ ਡਿਪਾਰਟਮੈਂਟ ਚ ਸੈਮੀਨਾਰ ਚ ਆ ਕੇ ਕਿਹਾ ਲੁਕਾ ਚਪਿਆ ਨਹੀਂ ਕਿ ਦੇਖੋ ਮੈਂ ਬੰਦਾ ਆ ਮੇਰਾ ਜ਼ਬਰਦਸਤੀ ਵਿਆਹ ਵੀ ਕਰ ਦਿੱਤਾ ਗਿਆ ਘਰਦਿਆਂ ਵੱਲੋਂ ਮੇਰੇ ਬੱਚੇ ਵੀ ਹੈ ਦੋ ਪਰ ਮੈਨੂੰ ਔਰਤ ਪਸੰਦ ਨਹੀਂ ਮੈਂ ਖੁਦ ਔਰਤਾਂ ਮੈਂ ਦੂਜੀ ਔਰਤ ਨਾਲ ਕਿਉਂ ਰਵਾਂ ਉਹ ਹੈ ਬੰਦਾ ਕਿਨਾਂ ਮੈਨੂੰ ਤੇ ਬੰਦਾ ਬੰਦੇ ਨਾਲ ਚੰਗਾ ਲੱਗਦਾ ਹੁਣ ਇਹਨਾਂ ਉਹਨਾਂ ਨੂੰ ਰੱਬ ਨੇ ਇੰਜ ਬਣਾਇਆ ਤੁਸੀਂ ਇਹ ਕੀ ਕਰ ਸਕਦੇ ਇਸ ਲਈ ਮੇਰਾ ਖਿਆਲ ਆ ਕਿ ਧਰਮ ਤੋਂ ਹਟ ਕੇ ਕਾਨੂੰਨ ਤੋਂ ਹਟ ਕੇ ਬਾਕੀ ਸਾਰੀਆਂ ਚੀਜ਼ਾਂ ਤੋਂ ਹਟ ਕੇ ਆਪਣੀ ਜਿਹੜੀ ਕਈ ਗੱਲਾਂ ਨੂੰ ਅਸੀਂ ਨਫ਼ਰਤ ਦੇ ਪਾਤਰ ਬਣਾਇਆ ਹੁੰਦਾ ਉਹਦੇ ਤੋਂ ਉੱਪਰ ਉੱਠ ਕੇ ਘੱਟੂ ਘੱਟ ਉਹ ਜਿਹੜੇ ਲੋਕ ਉਹਨਾਂ ਨੂੰ ਸੁਣਤੇ ਲਈਏ ਅਸੀਂ ਕਦੀ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਆ ਜਾਨੀ ਮੈਂ ਖੁਦ 60 ਸਾਲ ਅੰਨਾ ਰਿਆ ਇਸ ਕੰਮ 'ਚ ਮੀਨੂ ਨਹੀਂ ਮੈਂ ਕਹਿੰਦਾ ਛੱਡੋ ਯਾਰ ਇਹ ਕੋਈ ਕੰਮਾਂ ਚੋਂ ਕੰਮ ਆ ਇਹਦੇ ਬਾਰੇ ਵੀ ਸੋਚਣਾ ਇਹਦੇ ਬਾਰੇ ਵੀ ਕੋਸ਼ਿਸ਼ ਕਰਨਾ ਇਹ ਕੋਈ ਗੱਲ ਨਹੀਂ ਹੈ ਜਿਵੇਂ ਆਮ ਬੰਦੇ ਸਾਰੇ ਸਮਾਜ 'ਚ ਜਿਵੇਂ ਮਿਲਦਾ ਅਸੀਂ ਵੀ ਤੇ ਸਮਾਜ ਦੇ ਨਾਲ ਹੀ ਆ ਮੈਂ ਤੇ ਜਦੋਂ ਕੁਛ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਬਾਰੇ ਕਾਫੀ ਪੜਿਆ ਉਹਨਾਂ ਨੂੰ ਸੈਮੀਦਾਰਾਂ ਚ ਸੁਣਿਆ ਤਾਂ ਮੇਰਾ ਕਪਾੜ ਖੁੱਲਿਆ ਵੀ ਯਾਰ ਨਹੀਂ ਦੇ ਹੈਵ ਇਹ ਪੁਆਇੰਟ ਤੇ ਆਪਾਂ ਇਹ ਨਹੀਂ ਕਹਿ ਸਕਦੇ ਨਾ ਕਿ ਜੇ ਮੰਨ ਲਓ 10 ਲੱਖ ਬੰਦਾ ਆ ਤੇ ਉਹਨਾਂ ਚ ਇੱਕ ਬੰਦਾ ਬਿਲਕੁਲ ਅਲੱਗ ਆ ਬਾਕੀ 99999 ਇੱਕੋ ਜਿਹਾ ਤੇ ਆਪਾਂ ਉਸ ਇਕੱਲੇ ਨੂੰ ਜੀਣ ਦਾ ਅਧਿਕਾਰ ਦੇਵਾਂਗੇ ਕਿ ਨਹੀਂ ਦੇਵਾਂਗੇ ਜਿਉ ਲੱਗਿਆ ਤੇ ਉਹਨੂੰ ਲਗਤਕਾਰ ਦੇਣਾ ਪਊਗਾ ਰੱਬ ਜਿਹੜੇ ਬੰਦੇ ਬਣਾਉਂਦਾ ਆ ਉਹ ਪੱਠੇ ਦੀਆਂ ਇੱਟਾਂ ਵਾਂਗੂ ਸੰਚੇ ਚੋਂ ਨਹੀਂ ਕੱਢਦਾ ਹਰ ਬੰਦਾ ਹਰ ਬੰਦਾ ਜਿਹੜਾ ਨਾ ਉਹਦੀ ਅਲੱਗ ਸੋਚ ਅਲੱਗ ਸ਼ਰੀਰ ਅਲੱਗ ਦਿਖ ਅਲੱਗ ਬੋਲਣ ਦਾ ਸਟਾਈਲ ਹਰ ਚੀਜ਼ ਅਲੱਗ ਹੁੰਦੀ ਆ ਰੱਬ ਨੇ ਇੰਨੇ 800 ਕਰੋੜ ਨੂੰ ਇੰਜ ਬਣਾਇਆ ਧਰਤੀ ਦੇ ਉੱਤੇ ਤਾਂ ਫੇਰ ਤੁਸੀਂ ਉਹਨਾਂ ਦੀ ਜਿਹੜੀ ਇੱਕ ਅਲੱਗ ਚੀਜ਼ ਹੈਗੀ ਆ ਉਨ੍ਹਾਂ ਨੂੰ ਜੀਵਨ ਦਾ ਅਧਿਕਾਰ ਦੇਣਾ ਚਾਹੀਦਾ ਉੱਥੇ ਕਾਫੀ ਤੁਛਾਰ ਮਹਿਤਾ ਬੜਾ ਜਿਹੜਾ ਸੋਲੀਸਿਟਰ ਜਨਰਲ ਹੈਗਾ ਆ ਐਸਜੀ ਗਵਰਨਮੈਂਟ ਆਫ ਇੰਡੀਆ ਦਾ ਉਹਨੇ ਕਾਫੀ ਇਸ ਗੱਲ ਨੂੰ ਕਿਹਾ ਕਿ ਤੁਸੀਂ ਜੀ ਇੰਜ ਇੰਜ ਨਾ ਕਰੋ ਉਹਨੂੰ ਘੂਰਿਆ ਫਿਰ ਪੰਜ ਜੱਜਾਂ ਦਾ ਬੈਂਚ ਸੀ ਚੰਦਰ ਚੂੜ ਨੇ ਕਿਹਾ ਡੀ ਵੀ ਚੰਦਰ ਚੂੜ ਨੇ ਕਿ ਸਾਨੂੰ ਉਹਨੂੰ ਦੱਸੇਗਾ ਕਿ ਅਸੀਂ ਆਪਣਾ ਪ੍ਰੋਗਰਾਮ ਨੂੰ ਕਿਵੇਂ ਕੰਡਕਟ ਕਰਨਾ ਆ ਅਸੀਂ ਕੋਰਟ ਨੂੰ ਕਿਵੇਂ ਕੰਡਕਟ ਕਰਨਾ ਫਿਰ ਉਹਨੇ ਕਿਹਾ ਉਹਨੂੰ ਗੁੱਸਾ ਆਇਆ ਉਹ ਕਹਿੰਦਾ ਕਿ ਚੰਗਾ ਫਿਰ ਅਸੀਂ ਇੱਥੇ ਨਹੀਂ ਕੁਝ ਕਰਦੇ ਇਹਦਾ ਮਤਲਬ ਕਿ ਉਹਨੇ ਅੱਗੇ ਕਿਹਾ ਕਿ ਤੁਸੀਂ ਯੂ ਵਾਂਟ ਟੂ ਬਾਈਕਟ ਇਹ ਹੂ ਜਿੰਗਾ ਗੱਲਾਂ ਉੱਥੇ ਹੋਈਆਂ ਉਹ ਕਾਥੀ ਤਿੱਖੇ ਤੇ ਵਰਤੀ ਉਹ ਗਿਆਤ ਨਹੀਂ ਤਸ਼ਾਰਮੇਰਤਾ ਉੱਥੇ ਹੀ ਰਹਾ ਦੂਜੇ ਵੱਲੋਂ ਵੀ ਜਿਹੜੇ ਜਿੰਨਾਂ ਨੇ ਰੈਟ ਪਾਈ ਸੀ ਉਹਨਾਂ ਦੇ ਵਕੀਲ ਨੇ ਵੀ ਬੜੀ ਡਿਟੇਲ ਗੱਲ ਹੋਈ ਇੱਥੋਂ ਤੱਕ ਸੁਣ ਲਓ ਹੁਣ ਇੱਥੋਂ ਤੱਕ ਕਿ ਜਿਹੜੇ ਵਿਵੇਕ ਕਟਜੂ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਕਿਉਂਕਿ ਦੋ ਮੈਂ ਕੱਟ ਜੂ ਨਾਲ ਕਈ ਵਾਰੀ ਕਨਫਿਊਜ਼ ਕਰਦਾ ਉਹ ਜਸਟਿਸ ਰਹੇ ਹੋਇਆ ਉਹਨਾਂ ਨੇ ਖੋਦ ਇੱਕ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਲਿਖੀ ਕਿ ਮੇਰੀ ਆਪਣੀ ਬੇਟੀ ਇਸੇ ਤਰ੍ਹਾਂ ਹੈ ਤਾਂ ਉਸ ਨੂੰ ਕੋਰਟ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਮੈਂ ਖੋਦ ਇੱਕ ਆਪਣੇ ਕਲੀਗ ਦਾ ਹੈਰਾਨ ਰਹਿ ਗਿਆ ਮੈਂ ਪੁੱਛਿਆ ਉਹਨੂੰ ਪ੍ਰੋਫੈਸਰ ਆ ਕਿ ਲਿਟਰੇਚਰ ਦੀ ਪ੍ਰੋਫੈਸਰ ਆ ਮੈਂ ਕਿਹਾ ਵੀ ਬਹੁਤ ਸਾਲਾਂ ਬਾਅਦ ਫੋਨ ਕੀਤਾ 20 ਸਾਲਾਂ ਬਾਅਦ ਮੈਂ ਕਿਹਾ ਉਹ ਬੱਚੇ ਦਾ ਹਾਲ ਕਹਿੰਦੀ ਉਹਦਾ ਵਿਆਹ ਹੋ ਗਿਆ ਮੈਂ ਕਿਹਾ ਬੱਚੀ ਉਹਦਾ ਵੀ ਵਿਆਹ ਹੋ ਗਿਆ ਹੁਣ ਤੇ ਹੋ ਗਿਆ ਹੁਣ ਆਦੋਂ ਪੰਜਵੀਂ ਚ ਪੜ੍ਹਦੀ ਸੀ ਕਹਿੰਦੀ ਨਹੀਂ ਉਹ ਤੇ ਮੁੰਡਾ ਆ ਹੁਣ ਉਹਨੂੰ ਬੱਚੀ ਨਹੀਂ ਕਹਿਣਾ ਮੈਂ ਕਿਹਾ ਉਹ ਕਿਵੇਂ ਹੋ ਗਿਆ ਮੈਂ ਤਾਂ ਉਹਨੂੰ ਬੱਚੀ ਦੇਖਿਆ ਸੀ ਹੈ ਤੇ ਬੱਚੀ ਕਹਿਣਾ ਕਹਿੰਦੀ ਨਹੀਂ ਉਹ ਉਹ ਕਿਸੇ ਉਹਦੇ ਅੰਦਰ ਜਿਹੜੀ ਆ ਸਾਰੀਆਂ ਫੀਲਿੰਗਸ ਬੰਦਿਆਂ ਵਾਲੀਆਂ ਪਰ ਉਹ ਕਿਸੇ ਰਿੰਦੀ ਤੇ ਕੁੜੀ ਦੇ ਨਾਲ ਆ ਐ ਗੱਲਾਂ ਜਦ ਸਮਾਜ ਚ ਹੈਗੀਆਂ ਔਰ ਖੁਦ ਲੋਕ ਬੜੇ ਆਰਾਮ ਨਾਲ ਕੱਲ ਕਰਦੇ ਆ ਜਿਨ੍ਹਾਂ ਨੇ ਕਰਨੀ ਆ ਤੁਸੀਂ ਉਹਨੂੰ ਇੱਕ ਆਪਣਾ ਕੂੜਾ ਜਿਹੜਾ ਸਮਾਜ ਚੋਂ ਇਕੱਠਾ ਕੀਤਾ ਕੁਛ ਤੇ ਜਿਹੜੇ ਧਰਮ ਦੇ ਠੇਕੇਦਾਰ ਮੈਂ ਧਰਮ ਦੀ ਨਹੀਂ ਗੱਲ ਕਰ ਰਿਹਾ ਧਰਮ ਦੇ ਉੱਤੇ ਜਿਨ੍ਹਾਂ ਨੇ ਬਿਜ਼ਨਸ ਕਰਨਾ ਜਿਨ੍ਹਾਂ ਨੂੰ ਆਪਣਾ ਥ੍ਰੈਟਨਡ ਲੱਗਦਾ ਉਹ ਬਿਜ਼ਨਸ ਥ੍ਰੈਟਨਡ ਲੱਗਦਾ ਉਹ ਸਾਰੇ ਰਲ ਕੇ ਤੁਹਾਡੇ ਉੱਤੇ ਇੱਕ ਖਾਸ ਕਿਸਮ ਦੀ ਕੂੜੇ ਦੀ ਬਦਬੂ ਦੇ ਵਿੱਚ ਇਹਨਾਂ ਲੋਕਾਂ ਨੂੰ ਅ ਅ ਬਿਨਾ ਆਕਸੀਜਨ ਤੋਂ ਨੱਕ ਦੇ ਵਿੱਚ ਦਮ ਕਰਕੇ ਖਤਮ ਕਰ ਦੇਣਾ ਚਾਹੁੰਦੇ ਆ ਇਹ ਬਹੁਤ ਪਾਪ ਆ ਇਹ ਮਾੜੀ ਗੱਲ ਆ ਮੈਂ ਕਿਹਾ ਕਰੋ ਜੋ ਮਰਜ਼ੀ ਪਰ ਉਹਨਾਂ ਨੂੰ ਸੁਣ ਲਓ ਕਿ ਕੀ ਉਹਨਾਂ ਦੀਆਂ ਗੱਲਾਂ 'ਚ ਉਹਨਾਂ ਦੀ ਸੋਚ ਵਿੱਚ ਕੋਈ ਤਰਕ ਹੈ ਉਦੋਂ ਬਾਅਦ ਜੋ ਮਰਜ਼ੀ ਫੈਸਲਾ ਲਾਓ ਔਰ ਲਾਸਟ ਗੱਲ ਮੈਂ ਕਹਿ ਦਿਆਂ ਸੁਪਰੀਮ ਕੋਰਟ ਨੇ ਕੀ ਕੀਤਾ ਫਿਰ ਸੁਪਰੀਮ ਕੋਰਟ ਨੂੰ ਇਹ ਪਤਾ ਲੱਗ ਗਿਆ ਕਿ ਸਰਕਾਰ ਨੇ ਵੀ ਮੱਕੂ ਬੰਦ ਦੇਣਾ ਇਹ ਕੰਕਰੈਂਟ ਲਿਸਟ ਵਿੱਚ ਆ ਇਸ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਮੈਰਿਜ ਜੜ ਆ ਤੇ ਇਹਨਾਂ ਨੇ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਡੰਡਾ ਚੱਕ ਲੈਣਾ ਕਿਉਂਕਿ ਉਹਨਾਂ ਨੂੰ ਤਾਂ ਵੋਟਾਂ ਚਾਹੀਦੀਆਂ ਤੇ ਵੋਟਾਂ ਤੇ ਸਾਰੀਆਂ ਇਹਨਾਂ ਕੋਲਿਆਂ ਜਿਹੜੇ ਇਹ ਆਪੋਜ਼ਿਟ ਸੈਕਸ ਮੈਰਿਜ ਵਾਲੇ ਹੈਗੇ ਆ ਇਹ ਨਾ ਪੰਗਾ ਛੇੜੀਏ ਤੇ ਉਧਰੋਂ ਧਰਮਾਲਿਆਂ ਨੇ ਚੱਕ ਦੇਣੇ ਫੱਟੇ ਸਾਰਿਆਂ ਨੇ ਇਕੱਠੇ ਆ ਸਾਰੇ ਧਰਮ ਤੇ ਸੁਪਰੀਮ ਕੋਰਟ ਦੀ ਇੱਟ ਨਾ ਇੱਟ ਨਾ ਖੜਕਾਈ ਹੋਵੇ ਉਹ ਕਹਿੰਦੇ ਜੀ ਗੱਲ ਤੇ ਠੀਕ ਹੈਗੀ ਹੈ ਆਪਾਂ ਇਸ ਨੂੰ ਇਨਕਰੀਮੈਂਟਲ ਹੌਲੀ 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 ਇਸ ਗੱਲ ਨੂੰ ਲੋਕਾਂ ਦੇ ਜ਼ਿਹਨ 'ਚ ਪਚਾਵਾਗੇ ਜੇ ਕੋਈ ਜੱਕਦਮ ਫੈਸਲਾ ਦੇਾਂਗੇ ਤਾਂ ਉਹਦਾ ਫਾਇਦੇ ਦੀ ਜਗ੍ਹਾ ਹੋਰ ਸਮਾਜ ਦੇ ਵਿੱਚ ਵੱਡਾ ਰਿਵੋਲਟ ਤੇ ਨੁਕਸਾਨ ਹੋ ਸਕਦਾ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਪਰ ਇਹ ਬਹੁਤ ਇੰਟਰਸਟਿੰਗ ਸੀ ਜੀ ਆਪਣੇ ਕੋਲ ਸਮਾਪਤ ਆਖਰੀ ਗੱਲ ਜਿਹੜਾ ਸਿਆਸਤ ਵੱਲ ਮੁੜ ਕੇ ਆਈਏ ਕਿ ਕੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਆ सीबीआई ਤੋਂ ਜਦੋਂ ਪੁੱਛ ਕੇ ਸੀਬੀਆਈ ਉਹਨਾਂ ਤੋਂ ਕੀਤੀ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਦਿੱਲੀ ਵਿਧਾਨ ਸਭਾ ਜਿਹੜਾ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਭਾਜਪਾ ਵਾਲਿਆਂ ਨੂੰ ਬੜਾ ਟਿਚਰਾ ਕਰ ਕਰਕੇ ਉਹ ਕਹਾਣੀ ਸੁਣਾ ਰਹੇ ਸੀਗੇ ਚੌਥੀ ਪਾਸ ਵਾਲੇ ਮੈਂ ਸੁਖਵਿੰਦਰ ਕਹੂੰਗਾ ਕਿ ਚੰਗੀ ਗੱਲ ਇਹ ਆ ਕਿ ਸਾਡੇ ਵੀਰ ਉਹ ਵੀਡੀਓ ਲੱਭ ਕੇ ਕੇਜਰੀਵਾਲ ਅਸੈਂਬਲੀ ਦੇ ਫਲੋਰ ਤੋਂ ਬੋਲ ਰਿਹਾ ਉੱਲ ਅਸੈਂਬਲੀ ਐਂ ਮੈਂ ਲਿਖੇ ਹੋਇਆ ਤੇ ਉੱਥੇ ਸਪੀਕਰ ਕੋਲ ਇਜਾਜ਼ਤ ਲੈ ਕੇ ਉਹ 16 ਮਿੰਟ ਦੀ ਇੱਕ ਕਹਾਣੀ ਸੁਣਾਉਂਦਾ ਜਿਵੇਂ ਛੇਕ ਚਿੱਲੀ ਦੀ ਕਹਾਣੀ ਹੁੰਦੀ ਹੈ ਤੇ ਉਹ ਖੁਦ ਸੁਣ ਕੇ ਜੱਜਮੈਂਟ ਲਾ ਲੈਣ ਸਾਨੂੰ ਸਾਨੂੰ ਕੋਈ ਉਹਦੇ ਬਾਰੇ ਕਹਿਣ ਦੀ ਲੋੜ ਨਹੀਂ ਪਰ ਜੇ ਤੁਸੀਂ ਮੈਨੂੰ ਪੁੱਛਦੇ ਆ ਕਿ ਮੈਂ ਸੁਣ ਕੇ ਮੇਦੇ ਤੇ ਕੀ ਅਸਰ ਹੋਇਆ ਇਹਦੇ ਨਾਲੋਂ ਵੱਧ ਕੇਜਰੀਵਾਲ ਦੀ ਫਰਸਟ੍ਰੇਸ਼ਨ ਅੰਦਰੋਂ ਜਾਣੀ ਇੱਕ ਕਿਸਮ ਦੀ ਕੀ ਕਹਿ ਲਈਏ ਕਿ ਹਾਰੂ ਭਾਵਨਾ ਪਛਗਾਨਾਪਣ ਜਿਹਨੂੰ ਉਹ ਪ੍ਰਧਾਨ ਮੰਤਰੀ ਨੂੰ ਹੀ ਕਹਿ ਰਹੇ ਸਿੱਧਾ ਸਿੱਧਾ ਕਿ ਚਾਰ ਪੜਿਆ ਚਾਹ ਵਾਲਾ ਸਾਰਾ ਕੁਝ ਕਹਿਤਾ ਇੱਕ ਕਹਾਣੀ ਪਾ ਕੇ ਤੇ ਖੁਦ ਆਪਣੇ ਆਪ ਨੂੰ ਕਹਿ ਰਿਹਾ ਕਿ ਲੋਕ ਇਹ ਕਹਿ ਰਹੇ ਆ ਕਿ ਇਹਨੂੰ ਚੀ ਮੰਤਰੀ ਨੂੰ ਪ੍ਰਧਾਨ ਮੰਤਰੀ ਬਣਾਓ ਯਾਰ ਹੱਦ ਹੋ ਗਈ ਹੈ ਤੁਸੀਂ ਇਹ ਇਹ ਪੜਿਆ ਲਿਖਿਆ ਵਾਲਾ ਸਬੂਤ ਦੇ ਰਹੇ ਆ ਤੁਸੀਂ ਅਨ ਜਿਹੜਾ ਅਨਪਾੜਿਆ ਉਹਨੂੰ ਤੇ ਅਨਪੜ੍ਹ ਕਿਹਾ ਹੀ ਰਹੇ ਆ ਬਿੱੱਚੇ ਕਹਿ ਰਹੇ ਆ ਕਿ ਕਿਵੇਂ ਨੋਟਬੰਦੀ ਕਰਤੀ ਕਿਵੇਂ ਫਲਾਣਾ ਕਰਤਾ ਟਮਕਾਣਾ ਕਰਤਾ ਸਾਰੀ ਕਹਾਣੀ ਪਾ ਕੇ ਤੁਸੀਂ ਕਹਿ ਰਹੇ ਆ ਕਿ ਮੇਰੇ ਵਰਗਾ ਸਿਆਣਾ ਕੋਈ ਨਹੀਂ ਆਪਣੇ ਮੂੰਹੋਂ ਮੀਆਂ ਮਿੱਠੂ ਤੁਸੀਂ ਅਸੈਂਬਲੀ ਦੇ ਫਲੋਰ ਤੇ ਜਿਹੜਾ केजरीवाल ਜੀ ਆਪਣਾ ਬਚਗਾਨਾਪਨ ਦਿਖਾਇਆ ਜਿਹੜਾ ਜਲੂਸ ਤੁਸੀਂ ਦੂਜਿਆਂ ਦੀ ਕੱਢਣ ਦੀ ਜਗ੍ਹਾ ਆਪਣੀ ਭੂਕ ਕੱਢੀ ਹੈ ਉਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਥੇਸ ਕਰਨਾ ਪਊ ਤੁਹਾਨੂੰ ਨਹੀਂ ਲੋਕੇ ਗੱਲ ਨੂੰ ਛੱਡਣਗੇ ਮੈਂ ਐਸ ਤਰੀਕੇ ਦੀ ਸਟੋਰੀ ਜਾਂਦੇ ਵਾਕਿਆ ਹੀ ਇੱਕ ਕ੍ਰੀਏਟਿਵ ਸਟੋਰੀ ਹੁੰਦੀ ਪਰ ਕੀ ਲੈਜਿਸਲੇਚ ਜਿਹੜੇ ਫਲੋਰ ਆਫ ਦਾ ਹਾਊਸ ਆ ਉਹ ਇਹੋ ਜੀਆਂ ਸਟੋਰੀਆਂ ਸੁਣਾਉਣ ਲਈ ਬਣਿਆ ਲੱਗ ਕਰੋ ਤਾਂ ਬਾਹਰ ਡਰਾਮੇ ਵਾਲੀ ਸਟੇਜ ਤੇ ਜਾ ਕੇ ਕਰੋ ਜੋ ਕਰਨਾ ਤੁਸੀਂ ਜਿੱਥੇ ਜਾ ਕੇ ਚੁਟਕਲੇ ਛੱੜਨੇ ਆ ਛੱਡੀ ਚਲੋ ਉੱਥੇ ਤੁਹਾਨੂੰ ਇੰਨਾ ਕੰਮ ਲਈ ਭੇਜਿਆ ਕਿ ਤੁਸੀਂ ਆਪਣੀਆਂ ਹੋਰ ਹੀ ਬੇਤੁਕੀਆਂ ਗੱਲਾਂ ਕਰਕੇ ਤੇ ਲੋਕਾਂ ਦਾ ਟਾਈਮ ਬਰਬਾਦ ਕਰੋ ਉੱਥੇ ਕੇਜਰੀਵਾਲ ਨੇ ਨਾ ਤੇ ਉਹ ਸਟੋਰੀ ਦਾ ਕੋਈ ਸਿਰਮੂ ਸਵਾਦ ਹੈਗਾ ਜੇ ਤੁਸੀਂ ਬਣਾਉਣੀ ਸੀ ਤੇ ਕ੍ਰੀਏਟਿਵ ਢੰਗ ਨਾਲ ਬਣਾਉਂਦੇ ਜੇ ਨਹੀਂ ਆਉਂਦੀ ਸੀ ਤੇ ਕਿਸੇ ਕੋਲ ਲਿਖਾ ਕੇ ਪੜ ਦਿੰਦੇ ਪਰ ਜਿਸ ਢੰਗ ਨਾਲ ਤੁਸੀਂ ਪੇਸ਼ ਕੀਤੀ ਆ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਕਿ ਕਿਵੇਂ ਪੇਸ਼ ਕੀਤੀ ਹੈ ਅੰਦਾਜ਼ਾ ਸਾਰਾ ਲੋਕਾਂ ਨੂੰ ਲੱਗ ਜਾ ਪਿੰਡ 'ਚ ਚੋਰ ਸੀਗਾ ਚੋਰ ਨੂੰ ਲੱਭਣਾ ਸੀ ਥਾਣੇਦਾਰ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਉਹਨਾਂ ਦੱਸਿਆ دبਕੇ ਮਾਰੇ ਇਧਰ ਉਧਰ ਤੇ ਇੱਕ ਬੰਦਾ ਉੱਠ ਕੇ ਕਹਿੰਦਾ ਜਦੋਂ ਜ਼ਿਆਦਾ ਦਬਕੇ ਵੱਜੇ ਤੇ ਇੱਕ ਬੰਦਾ ਉੱਠ ਕੇ ਕਹਿੰਦਾ ਜੀ ਮੈਂ ਦੱਸਦਾ ਕਹਿੰਦਾ ਤੂੰ ਦੱਸ ਦੇ ਕਹਿੰਦਾ ਜੀ ਚੋਰ ਇਸ ਤਰੀਕੇ ਨਾਲ ਕੰਦ ਤੋਂ ਆਇਆ ਹੋ ਉੱਥੇ ਗਿਆ ਹੋ ਬੋਰੀ ਚ ਭਾਂਡੇ ਪਾਏ ਹੋਣਗੇ ਫਿਰ ਉਹ ਐਸ ਕੰਦ ਥਾਣੀ ਚੜਿਆ ਹੋ ਤੇ ਕਹਿੰਦਾ ਮੈਂ ਉਧਰ ਡਿੱਗ ਪਿਆ ਤੇ ਭਾਂਡੇ ਪਿੱਛੇ ਡਿੱਗ ਪਏ ਉਹ ਨਾ ਉਹ ਕਹਿੰਦਾ ਆ ਜਾ ਸਾਨੂੰ ਬਹੁਤਾ ਲੱਪਣ ਦੀ ਲੋੜ ਨਹੀਂ ਹੈਗੀ ਬਿਲਕੁਲ ਐਸ ਪੱਤਰ ਦੀ ਸਟੋਰੀ ਕੇਜਰੀਵਾਲ ਨੇ ਸੁਣਾਈ ਆ ਚਾੜ ਪੜੇ ਵਾਲੇ ਦਾ ਜਲੂਸ ਨਿਕਲਿਆ ਕਿ ਨਹੀਂ ਨਿਕਲਿਆ ਉਹਨੇ ਆਪਣਾ ਜਲੂਸ ਜ਼ਰੂਰ ਕੱਢ ਲਿਆ ਹਾਂ ਬਿਲਕੁਲ ਜਲੰਧਰ ਵਾਲੀ ਉਪਚੋਣਤ ਵੀ ਇਹੀ ਸਵਾਲ ਉੱਠ ਰਹੇ ਨੇ ਨਾ ਕਿ ਜੇ ਤੁਸੀਂ ਪੜੇ ਲਿਖੇ ਪ੍ਰਧਾਨ ਮੰਤਰੀ ਦੀ ਗੱਲ ਕਰ ਰਹੇ ਹੋ ਤਾਂ ਕਹਿੰਦੇ ਜਲੰਧਰ ਚ ਅਕਾਲੀ ਦਲ ਵਾਲੇ ਕਹਿੰਦੇ ਕਿ ਸਭ ਤੋਂ ਵੱਧ ਪੜੇ ਲਿਖੇ ਤਾਂ ਸਾਡੇ ਉਮੀਦਵਾਰ ਨੇ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਦੇ ਐਮਐਲਏ ਵੀ ਨੇ ਤੇ ਉਹ ਵੀ ਕਹਿੰਦੇ ਡਾਕਟਰ ਵੀ ਨੇ ਤੇ ਉਹ ਸਾਡੇ ਪੜੇ ਲਿਖੇ ਨੇ ਬਾਕੀ ਵੀ ਪਾਰਟੀਆਂ ਵਿੱਚ ਵਿੱਚ ਸਵਾਲ ਉੱਠਦੀਆਂ ਚੁੱਕਦੀਆਂ ਨੇ ਕਿ ਤੁਹਾਡੇ 92 ਐਮਐਲਏ ਚ ਕਿੰਨੇ ਕੁ 10 ਪੜੇ ਕਿੰਨੇ ਕੁ 12 ਪੜੇ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਲੋਕ ਪੜਿਓ ਇਹ ਬਹੁਤ سارے ਸਵਾਲ ਨੇ ਜਿਹੜੇ ਫਿਰ ਜਦੋਂ ਅੱਗੋਂ ਅੱਗੋਂ ਜਦੋਂ ਲੀਡਰ ਆਪ ਹੀ ਇੱਕ ਮੁੱਦਾ ਖੜਾ ਕਰ ਦਿੰਦੇ ਨੇ ਤਾਂ ਲੋਕ ਵੀ ਪੁੱਛਣ ਲੱਗ ਜਾਂਦੇ ਨੇ ਕਿ ਤੁਸੀਂ ਦੱਸੋ ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਨੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਫੇਸਬੁਕ ਤੇ ਫੋਲੋ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ